दिल दिया गहराइयां तो हार्दिक स्वागत है। मैं आप जी का वीर सी एस गुरु प्रोग्राम स्नेहा लैके आप जी की सेवा में फिर हाजिर होया हाँ। दर्शकों, बहुत सारिया गल् समाज होंदिया ने जिन्होंने देख के सानू इंज लगता है कि असी कई बार बहुत सारा कुछ होंदया होया भी इकले रह जाते हैं। एक वो परिवार, एक वो लोग, एक वो प्राणी जिहड़े कुदरती निजमां दे अनुसार परमात्मा दे हुक्म दे अनुसार साढ़े तो बिछड़ जाते हैं। भावें उन्हां दा विछोड़ा भी साढ़े लिए चलना बहुत मुश्किल होंदा है, उन्हां दी घाट नूं पूरा करना भी बड़ा मुश्किल होंदा है, पर वो एक कौड़ी सच्चाई साढ़े मन विच हमेशा रहिंदी है। असी उस नूं ना चाहते हुए भी उस सुकून नूं मन लैंदे हां। इसी करके गुरबाणी ने शायद ये साड़ियां भावनावां नूं मुख रख के शादी भरी होवे, साख भरी होवे कि जो प्राणी आउंदा है उन्हें जाना है। जो दिन आए आवे सो दिन जाई, करना कूच रहन फिर नाही, संग चलता है हम भी चलना, दूर गवन सिर ऊपर मरना। ये वो लोग ने उन्हां प्राणियों की गल है जिहड़े परमात्मा के हुक्म के नाल आउंदे ने, परमात्मा के हुक्म नाल चले जाते हैं। पर मेरे दर्शकों, कुछ वो लोग भी ने जिन्हां नूं बिना दस्यां साढ़े तो बिछड़ जाते हैं, जां बिना दस्यां किधरे चले जाते हैं अते मुड़ के कदे भी परत के नहीं आउंदे। उन्हां दा दुख, उन्हां दा दर्द किंज सीने विच लुको, किवें दिन रात बेचैनी विच विछोड़े दे दर्द विच किवें पिछले मित्र प्यारे साख संबंधी धियां पुत्तर और उन्हां दे अपने पार्टनर माँ बाप किंज उन्हां दा साल चलदे ने, शायद उन्हां नूं इस गल दा अहसास नहीं आता। जाण वालियां नूं उन्होंने उन्हां दी पीड़ नूं कदे मापिया नहीं हुंदा। जाकत जाने पीर पराई तां के अंतर दर्द ना पाई, शायद उन्हां नूं इस पिछलियां दे दर्द दा अहसास ना होवे, तां ही तां उह पिछे परत के कदे देखदे नहीं। एक वो लोग ने जिन्हां दे बारे कहा जांदा है कि असी मर गए ते मुक्कियां नूं ਤਾਂ ਭੁਲਾ ਸਕਦੇ ਹਾਂ, ਪਰ ਜੋ ਸਾਤੋਂ ਰੁੱਸ ਕੇ ਚਲੇ ਜਾਂਦੇ ਨੇ ਉਹਨਾਂ ਦੀਆਂ ਜੁਦਾਈਆਂ ਨੂੰ ਕਿਵੇਂ ਭੁਲਾਇਆ ਜਾਵੇ, ਕਿਸ ਤਰ੍ਹਾਂ ਭੁੱਲਿਆ ਜਾਵੇ ਉਹਨਾਂ ਨੂੰ। ਇੱਕ ਉਹ ਲੋਕ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਸਾਡੇ ਬੱਚੇ ਆਉਂਦੇ ਨੇ, ਘਰੋਂ ਚਲੇ ਜਾਂਦੇ ਨੇ, ਮਾਂ ਬਾਪ ਦੀ ਮਾੜੀ ਜਿਹੀ ਗੱਲ ਤੋਂ ਰੁੱਸ ਕੇ ਕਦੇ ਪਰਤ ਕੇ ਨਹੀਂ ਆਉਂਦੇ। ਇਹ ਪਿਛਾ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ, ਪਰ ਸਾਡੀ ਤੁਹਾਡੀ ਜ਼ਿੰਦਗੀ ਦੇ ਨਾਲ ਹਰ ਵੇਲੇ ਜੁੜਿਆ ਹੋਇਆ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਜੀਂਦੀਆਂ ਲਾਸ਼ਾਂ ਵਾਂਗ ਤੁਰੇ ਫਿਰਦੇ ਨੇ। ਇਸ ਪਿਛੇ ਲਈ ਅਸੀਂ ਅੱਜ ਸਾਡੇ ਇੱਕ ਮਨੋਵਿਗਿਆਨੀ, ਕਾਲਜ ਦੇ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ, ਇੱਕ ਅਰਸਾ ਸੋਸ਼ਲ ਵਰਕਰ ਰਹਿ ਚੁੱਕੇ ਨੇ ਔਰ ਇੱਕ ਬਹੁਤ ਹੀ ਵਧੀਆ ਲਿਖਾਰੀ ਡਾਕਟਰ ਹਰੀਸ਼ ਮਲਹੋਤਰਾ ਜੀ ਨੂੰ ਤੁਹਾਡੇ ਅਤੇ ਮੇਰੇ ਨਾਲ ਸਾਂਝਾ ਪਾਉਣ ਵਾਸਤੇ ਬੁਲਾਇਆ ਹੈ। ਵਿਸ਼ਾ ਬੇਸ਼ੱਕ ਬਹੁਤ ਹੀ ਭਾਵਕ ਅਤੇ ਸੰਵੇਦਨਸ਼ੀਲ ਹੈ, ਪਰ ਹੋ ਸਕਦਾ ਹੈ ਇਹ ਉਹਨਾਂ ਮਾਪਿਆਂ ਨੂੰ, ਉਹਨਾਂ ਪ੍ਰਾਣੀਆਂ ਨੂੰ, ਉਹਨਾਂ ਰਿਸ਼ਤੇਦਾਰਾਂ ਅਤੇ ਪੁੱਤਰਾਂ ਧੀਆਂ ਨੂੰ ਥੋੜ੍ਹੀ ਜਿਹੀ ਟਰਾਸ ਦੇ ਸਕੇ ਜਿਹੜੇ ਐਸੇ ਸਾਲ ਦਰਦ ਅਤੇ ਡੂੰਘੇ ਜ਼ਖਮਾਂ ਤੋਂ ਦੁਖੀ ਨੇ। ਸੋ ਆਹ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਸਮਾਜ ਦੇ ਵਿੱਚ ਨਾ ਕੁਝ ਹੋਵੇ ਜਿਹਦੇ ਵਿੱਚ ਕੋਈ ਦੁਖੀ ਹੋਵੇ, ਪਰ ਇਹ ਆਏ ਦਿਨ ਹੁੰਦਾ ਹੈ। ਆਓ ਵਿਸ਼ੇ ਨੂੰ ਸ਼ੁਰੂ ਕਰੀਏ। ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ, ਡਾਕਟਰ ਹਰਜੀਤ ਜੀ ਔਰ ਆਪ
ਡਾਕਟਰ ਹਰੀਸ਼ ਜੀ ਨਾਲ ਬਹੁਤ ਵਾਰ ਮੇਰੇ ਪ੍ਰੋਗਰਾਮ 'ਚ ਮਿਲ ਚੁੱਕੇ ਹੋ, ਉਹਨਾਂ ਦੇ ਆਰਟੀਕਲ ਪੜ੍ਹ ਚੁੱਕੇ ਹੋ, ਉਹਨਾਂ ਦੀਆਂ ਕਿਤਾਬਾਂ ਪੜ੍ਹ ਚੁੱਕੇ ਹੋ। ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਡਾਕਟਰ ਹਰੀਸ਼ ਜੀ ਨਾਲ ਗੱਲ ਕਰਾਂਗੇ। ਸੋ ਡਾਕਟਰ ਹਰੀਸ਼ ਜੀ, ਤੁਹਾਨੂੰ ਜੀ ਆਇਆਂ, ਤੁਸੀਂ ਇਸ ਪ੍ਰੋਗਰਾਮ 'ਚ ਆਏ ਹੋ ਖਾਸ ਕਰਕੇ ਇਹੋ ਜਿਹੇ ਵਿਸ਼ੇ ਦੇ ਉੱਤੇ ਜਿਹਦੇ 'ਤੇ ਹਮ ਅਕਸਰ ਬਹੁਤ ਲੋਕ ਪਿੱਛੇ ਹਟ ਜਾਂਦੇ ਨੇ, ਜਿਹਦੇ ਬਾਰੇ ਬਹੁਤ ਲੋਕ ਘੱਟ ਲਿਖਦੇ ਨੇ, ਕਿਉਂਕਿ ਇਹ ਇਹੋ ਜਿਹਾ ਵਿਸ਼ਾ ਹੈ ਕਿ ਜਿਹੜਾ ਰਾਈਟਰ ਹੈ ਜਾਂ ਜਿਹੜਾ ਇਸ ਨੂੰ ਵਿਸ਼ੇ ਨੂੰ ਮੁੱਦੇ ਨੂੰ ਡੀਲ ਕਰਨ ਵਾਲਾ ਹੈ ਉਹ ਪਹਿਲਾਂ ਪਤਾ ਨਹੀਂ ਕਿੰਨੀਆਂ ਰਾਤਾਂ ਆਪ ਰੋਇਆ ਹੋਊਗਾ। ਇਸ ਵਿਸ਼ੇ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਪੰਜਾਬੀ ਦੇ ਕਵੀ ਨੇ, ਨਾਮਵਰ ਕਵੀ ਨੇ, ਡਾਕਟਰ ਨਾਮਵਰ ਕਵੀ ਨੇ ਵਾਰਿਸ ਸ਼ਾਹ ਨੂੰ ਇੱਕ ਅਨੋਰਾ ਮਾਰਿਆ ਸੀ। ਇੱਕ ਸਮਾਜਿਕ ਅੱਤਿਆਚਾਰ ਨੂੰ ਦੇਖ ਕੇ ਉਹਨਾਂ ਨੇ ਕਿਹਾ ਸੀ ਕਿ ਇੱਕ ਰੋਈ ਸੀ ਧੀ ਪੰਜਾਬ ਦੀ ਤਾਂ ਲਿਖ ਲਿਖ ਮਾਰੇ ਬੈਣ, ਅੱਜ ਲੱਖਾਂ ਧੀਆਂ ਰੋਣੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹੋ ਜਿਹਾ ਹੀ ਇੱਕ ਵਾਰ ਤੁਹਾਡੇ ਨਾਲ ਵੀ ਹੋਇਆ, ਤੁਹਾਡੀ ਵੀ ਕਲਮ ਰੋਈ, ਤੁਹਾਡਾ ਵੀ ਦਿਲ ਬਰੋਇਆ ਅਤੇ ਤੁਸੀਂ ਇੱਕ ਆਰਟੀਕਲ ਲਿਖਿਆ ਸੀ। ਜੇ ਮੈਂ ਜੁਲਾਈ 2002 ਦੀ ਗੱਲ ਕਰਾਂ ਤਾਂ ਇੱਕ ਮੈਟਰੋ ਨਿਊਜ਼ ਪੇਪਰ ਨੇ ਇੱਕ ਆਰਟੀਕਲ ਛਾਪਿਆ ਸੀ। ਉਸ ਆਰਟੀਕਲ ਦੇ ਵਿੱਚ ਇੱਕ ਸਰਵੇਖਣ ਰਿਪੋਰਟ ਛਾਪੀ ਸੀ। ਉਸ ਸਰਵੇਖਣ ਰਿਪੋਰਟ ਦੇ ਵਿੱਚ ਇਹ ਸਾਫ਼ ਕੀਤਾ ਗਿਆ ਸੀ ਕਿ 72 ਘੰਟਿਆਂ ਬਾਅਦ, ਹਰ 72 ਘੰਟਿਆਂ ਬਾਅਦ 1000 ਬੰਦਾ, 1000 ਵਿਅਕਤੀ ਘਰੋਂ ਲਾਪਤਾ ਹੁੰਦਾ ਹੈ। ਅਤੇ ਆਪਾਂ ਜੇ ਸਾਰੇ ਦਾ ਲੇਖਾ ਜੋਖਾ ਕਰ ਲਈਏ ਤਾਂ 2,10,000 ਸਾਲ ਦਾ ਬਣਦਾ ਹੈ। ਪਰ ਉਹ ਜਿਹੜਾ ਲੇਖਾ ਜੋਖਾ ਸੀ ਉਹ ਜਦੋਂ ਤੁਹਾਡੀ ਨਜ਼ਰ ਪਿਆ ਤਾਂ ਤੁਸੀਂ ਇੱਕ ਆਰਟੀਕਲ ਲਿਖਿਆ ਸੀ। ਉਹ ਆਰਟੀਕਲ ਦਾ ਨਾਂ ਜਿਹੜਾ ਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਸੀ, ਜਾਂਦਾ ਹੋਇਆ ਦੱਸਣਾ ਗਿਆ, ਉਹ ਇੱਕ ਬੁੱਧੀਜੀਵੀਆਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ। ਕੀ ਕਹਿਣਾ ਚਾਹੁੰਦੇ ਉਸ ਆਰਟੀਕਲ ਬਾਰੇ? ਗੁਰੂ ਜੀ, ਇੱਕ ਤਾਂ ਤੁਹਾਡੀ ਬਹੁਤ ਜ਼ਿਆਦਾ ਮਿਹਰਬਾਨੀ ਜੇ ਤੁਸੀਂ ਮੈਨੂੰ ਇਸ ਵਿਸ਼ੇ ਲਈ ਸੱਦਿਆ ਹੈਗਾ। ਸੰਗਤ ਦੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਅਕਸਰ ਸੁਣਿਆ ਹੈਗਾ ਅਤੇ ਮੇਰੀਆਂ ਗੱਲਾਂ ਦਾ ਨੋਟਸ ਲੈਂਦੇ ਹੈਗੇ ਆ। ਅਤੇ ਮੈਨੂੰ ਇਹ ਵੀ ਪਤਾ ਲੱਗ ਜਦੋਂ ਅਸੀਂ 2 ਹਫ਼ਤੇ ਪਹਿਲਾਂ ਪ੍ਰੋਗਰਾਮ ਫਾਦਰਸ ਡੇ ਬਾਰੇ ਕੀਤਾ ਸੀਗਾ ਜੀ, ਉਦੋਂ ਵੀ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ। ਅਤੇ ਗੁਰੂ ਜੀ ਉਹਦੇ ਬਾਰੇ ਸਮਾਂ ਤੋਂ ਤੁਸੀਂ ਮੇਰਾ ਖਿਆਲ ਗੱਲ ਕਰੋ ਜਾਂ ਚੰਗਾ ਹੈਗਾ ਅਤੇ ਕਰੋ ਕਰੋ ਗੱਲ ਤੁਸੀਂ ਮੇਰਾ ਖਿਆਲ ਉਹਦੇ ਬਾਰੇ ਦਰਸ਼ਕੋ। ਹਾਂਜੀ, ਅਸੀਂ ਫਾਦਰਸ ਡੇ ਦਾ ਇੱਕ ਪ੍ਰੋਗਰਾਮ ਡਾਕਟਰ ਹਰੀਸ਼ ਮਲਹੋਤਰਾ ਜੀ ਦੇ ਨਾਲ ਕੀਤਾ ਸੀ, ਉਹਦੇ ਬਾਰੇ ਬਹੁਤ ਵਧੀਆ ਰਿਸਪੋਂਸ ਆਇਆ। ਸਾਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਹੋਈ ਕਿ ਇੱਕ ਇੰਡੀਆ ਤੋਂ, ਚੰਡੀਗੜ੍ਹ ਤੋਂ ਇੱਕ ਬੱਚੇ ਨੇ ਟੈਲੀਫੋਨ ਕੀਤਾ ਜਿਹੜਾ 1.5 ਸਾਲ ਤੱਕ ਆਪਣੇ ਮਾਂ ਬਾਪ ਨੂੰ ਉਹਨੇ ਬੁਲਾਇਆ ਨਹੀਂ ਸੀ, ਚੰਡੀਗੜ੍ਹ ਨੌਕਰੀ ਕਰਦਾ, ਔਰ ਉਹਨੇ ਕਿਹਾ ਕਿ ਮੈਂ ਪ੍ਰੋਗਰਾਮ ਇੰਟਰਨੈਟ ਤੋਂ ਦੇਖ ਕੇ ਮੈਂ ਆਪਣੇ ਮਾਂ ਬਾਪ ਨੂੰ ਆਪਣੇ ਕੋਲ ਲੈ ਕੇ ਆਇਆ, ਔਰ ਮੈਂ ਪ੍ਰਣ ਕਰਦਾ ਕਿ ਮੈਂ ਕਦੇ ਵੀ ਉਹਨਾਂ ਨੂੰ ਜਿੱਥੇ ਜ਼ਿੰਦਗੀ ਹੈ ਉਹਨਾਂ ਨੂੰ ਆਪਣੇ ਤੋਂ ਵੱਖ ਨਹੀਂ ਕਰਾਂਗਾ। ਇਸੇ ਤਰ੍ਹਾਂ ਇੱਕ ਅਮੈਰੀਕਾ ਤੋਂ ਮੇਰੇ ਵੀਰ ਨੇ ਫੋਨ ਕੀਤਾ ਕਿ ਮੈਂ ਆਪਣੇ ਮਾਂ ਨੂੰ ਕੇਅਰ ਦੇ ਵਿੱਚੋਂ ਲੈ ਕੇ ਆ ਗਿਆ ਪ੍ਰੋਗਰਾਮ ਦੇਖ ਕੇ, ਕਿਉਂਕਿ ਮਾਂ ਹੀ ਅਸਲੀ ਰੱਬ ਹੈ। ਉਹਨੇ ਫਾਦਰਸ ਡੇ 'ਤੇ ਪ੍ਰੋਗਰਾਮ ਦੇਖ ਕੇ ਉਹਨੇ ਇਹ ਜੋ ਉਪਰਾਲਾ ਕੀਤਾ, ਜੋ ਸਾਡੇ ਗੱਲ ਨੂੰ ਮੰਨਿਆ, ਸੁਣਿਆ, ਡਾਕਟਰ ਰਿਸ਼ੀ ਦੀ ਗੱਲ ਨੂੰ ਮੰਨਿਆ, ਅਸੀਂ ਉਹਨਾਂ ਦੋਹਾਂ ਪ੍ਰਾਣੀਆਂ ਦੇ ਬਹੁਤ ਧੰਨਵਾਦੀ ਹਾਂ। ਇੱਕ ਹੋਰ ਮੇਰਾ ਬਹੁਤ ਹੀ ਜਾਣੂ, ਉਹਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਉਹਨੇ ਕਿੰਨੇ ਸਾਲਾਂ ਤੋਂ ਆਪਣੇ ਮਾਂ ਬਾਪ ਨੂੰ ਬੁਲਾਇਆ ਨਹੀਂ ਸੀ, ਪਰ ਉਹਨੇ ਪ੍ਰੋਗਰਾਮ ਦੇਖ ਕੇ ਆਪਣੇ ਮਾਂ ਨੂੰ ਟੈਲੀਫੋਨ ਕਰ ਕੀਤਾ, ਪਰ ਪਤਾ ਲੱਗਿਆ ਕਿ ਉਸਦੀ ਮਾਂ ਇੰਡੀਆ ਗਈ ਹੋਈ ਹੈ। ਕਿੰਨੇ ਸਾਲਾਂ ਤੋਂ ਬਾਅਦ ਉਹਨੇ ਟੈਲੀਫੋਨ ਲੈ ਕੇ ਆਪਣੀ ਮਾਂ ਨੂੰ ਟੈਲੀਫੋਨ ਕੀਤਾ, ਔਰ ਉਹਨੇ ਇਹ ਗੱਲ ਕਹੀ ਕਿ ਜਦੋਂ ਮੇਰੀ ਮਾਂ ਵਾਪਸ ਆਊਗੀ ਤਾਂ ਮੈਂ ਨਾਲ ਮਾਂ ਨੂੰ ਰੱਖੂੰਗਾ। ਸੋ ਇਹੋ ਜਿਹੇ ਜਿਹੜੇ ਵਿਸ਼ੇ ਨੇ ਇਹ ਤੁਹਾਡੇ ਨਾਲ, ਮੇਰੇ ਨਾਲ, ਹੋਰ ਪਤਾ ਨਹੀਂ ਕਿੰਨੇ ਕੁ ਮੇਰੇ ਗੁਰਮੁਖ ਪਿਆਰੇ ਵੀਰ ਹੋਣਗੇ ਜਾਂ ਭੈਣਾਂ ਹੋਣਗੀਆਂ ਜਿਨ੍ਹਾਂ ਨੇ ਇਹ ਸਾਡਾ ਜਿਹੜਾ ਟੋਪਿਕਸ ਉਸ ਦਿਨ ਜਿਹੜਾ ਜਿਨ੍ਹਾਂ ਦੇ ਮਨ ਨੂੰ ਟੁੰਬਿਆ ਹੋਵੇਗਾ ਜਾਂ ਔਰ ਆਪਣੀ ਜ਼ਿੰਦਗੀ 'ਚ ਕੋਈ ਬਦਲਾਅ ਲਿਆਂਦਾ ਹੋਵੇਗਾ। ਸਾਡੇ ਪ੍ਰੋਗਰਾਮ ਦਾ, ਸੁਨੇਹਾ ਪ੍ਰੋਗਰਾਮ ਦਾ ਅਸਲੀ ਮਕਸਦ ਇਹ ਹੈ ਕਿ ਆਪਣੇ ਜੀਵਨ ਨੂੰ ਥੋੜ੍ਹਾ ਜਿਹਾ ਵੀ ਬਦਲੋ ਤਾਂ ਸਾਡਾ ਸਮਾਜ ਹੌਲੀ ਹੌਲੀ ਬਦਲ ਜਾਏਗਾ ਜੀ। ਗੁਰੂ ਜੀ, ਇਹ ਜਿਹੜੇ ਮਸਲੇ ਅਸੀਂ ਡਿਸਕਸ ਕਰਦੇ ਹਾਂ, ਜਿੱਦਾਂ ਅੱਜ ਦਾ ਵੀ ਤੁਸੀਂ ਗੱਲ ਇਹ ਕੀਤੀ ਹੈਗੀ ਆ ਜੀ, ਜਦੋਂ ਮੈਂ ਇਹ ਰਿਪੋਰਟ ਪੜ੍ਹੀ ਜੀ ਅਤੇ ਕਿਉਂਕਿ ਮੈਂ ਸੋਸ਼ਲ ਵਰਕ ਦੇ ਕਿੱਤੇ ਨਾਲ ਸੰਬੰਧਿਤ ਹੈਗਾ, ਹੁਣ ਯੂਨੀਵਰਸਿਟੀ ਵਿੱਚ ਵੀ ਸੋਸ਼ਲ ਵਰਕ ਦਾ ਕਿੱਤਾ ਪੜ੍ਹਾਉਣਾ ਹੈਗਾ, ਤਾਂ ਇਸ ਗੱਲ ਨੇ ਕਿਉਂਕਿ ਕੁਛ ਕੇਸ ਜਿਹੜੇ ਸੀ ਮੈਂ ਖੁਦ ਵੀ ਡੀਲ ਕੀਤੇ ਆ ਅਤੇ ਬੜਾ ਮੈਨੂੰ ਬੁਰੀ ਤਰ੍ਹਾਂ ਝੰਜੋੜਿਆ ਉਹਨੇ
ਕਿਉਂਕਿ ਬਹੁਤੀ ਜਿਹੜੀ ਜਿਹੜੇ ਕੇਸਿਸ ਦੀ ਗੱਲ ਹੈਗੀ ਹੈ, ਜੇ ਹਜ਼ਾਰ ਆਪਾਂ ਕਹਿੰਦੇ ਹੈਗੇ 72 ਘੰਟਿਆਂ ਬਾਅਦ ਹਜ਼ਾਰ ਜਣ ਕਿਹੜਾ ਬੱਚੇ ਬੱਚੀਆਂ ਉਹ ਘਰੋਂ ਚਲੇ ਜਾਂਦੇ ਆ ਅਤੇ ਦੱਸਦੇ ਨਹੀਂ ਹੈਗੇ, ਅਤੇ ਜਿਨ੍ਹਾਂ ਦੀ ਗਿਣਤੀ ਜਿੱਦਾਂ ਤੁਸੀਂ ਸਟੈਲ 2 ਲੱਖ ਜਿਹੜਾ ਹੈਗਾ ਏਕੜ 2010 2 ਲੱਖ ਮੇਰੇ ਖਿਆਲ 10 ਹਜ਼ਾਰ ਬਣਦੀ ਹੈਗੀ ਆ, ਬਿਲਕੁਲ ਹਾਂਜੀ ਸਾਲ ਦੀ ਬਣਦੀ ਆ, ਬਿਲਕੁਲ ਇਹ ਉਹ ਕੇਸਿਸ ਆ ਜੀ ਜਿਹੜੇ ਹੋਮ ਆਫਿਸ ਨੂੰ ਰਿਪੋਰਟ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਪੁਲਿਸ ਨੂੰ ਜਾਣ ਕੇ ਦੱਸਿਆ ਜਾਂਦਾ ਹੈ। ਬਹੁਤ ਸਾਰੇ ਕੇਸਿਸ ਇਹੋ ਜਿਹਾ ਹੈਗਾ ਜਿਹੜੇ ਰਿਪੋਰਟ ਹੀ ਨਹੀਂ ਕੀਤੇ ਜਾਂਦੇ, ਸੋ ਇਸ ਕਰਕੇ ਜਿਹੜੇ ਰਿਪੋਰਟ ਨਹੀਂ ਕੇਸ ਰਿਪੋਰਟ ਨਹੀਂ ਕੇਸ ਕੀਤੇ ਜਾਂਦੇ ਉਹਨਾਂ ਦੀ ਸ਼ਾਇਦ ਗਿਣਤੀ ਇਦੋਂ ਵੀ ਜ਼ਿਆਦਾ ਹੋਵੇ। ਬਿਲਕੁਲ, ਅਤੇ ਇਹ ਅਸੀਂ ਕਈ ਵਾਰੀ ਸੋਚਦੇ ਵੀ ਨਹੀਂ ਹੈਗੇ ਲੈ ਵੀ ਇੰਨੇ ਬੱਚੇ ਵੀ ਇਸ ਮੁਲਕ ਵਿੱਚ ਬਰਤਾਨੀਆ ਦੇ ਬੱਚੇ ਜਿਹੜੇ ਹੈਗੇ ਆ ਇੰਨੇ ਉਹ ਲਾਪਤਾ ਹੋ ਜਾਂਦੇ ਆ, ਅਤੇ ਉਹਨਾਂ ਦਾ ਕਿਸੇ ਨੂੰ ਆਮ ਅਸੀਂ ਆਮ ਜਾਣੀ ਕਿ ਲੈਂਦੇ ਵੀ ਨਹੀਂ ਹੈ ਲੈ ਵੀ ਹਾਂ ਇੱਦਾਂ ਇਹ ਬੱਚੇ ਜਿਹੜੇ ਹੈਗੇ ਆ ਉਹ ਲਾਪਤਾ ਹੋ ਸਕਦੇ ਇਹੋ ਜਿਹੇ ਮੁਲਕ ਵਿੱਚ ਵੀ। ਅਤੇ ਜਿਹੜੀ ਗੱਲ ਸੰਵੇਦਨਸ਼ੀਲਤਾ ਤੁਸੀਂ ਕੀਤੀ ਹੈਗੀ ਆ, ਕਿਉਂਕਿ ਜੇ ਤੁਹਾਡੇ ਜੇ ਤੁਸੀਂ ਵਾਕਈ ਆਪਾਂ ਇਨਸਾਨੀਅਤ ਨੂੰ ਮੰਨਦੇ ਹੈਗੇ ਹਾਂ, ਧਰਮ ਵੀ ਇਨਸਾਨੀਅਤ ਨੂੰ ਜਿਹੜਾ ਹੈਗਾ ਉਹ 'ਤੇ ਜ਼ੋਰ ਦਿੰਦਾ ਹੈਗਾ, ਜਾਂ ਕੋਈ ਹੋਰ ਬੰਦਾ ਵੀ ਯਾਨੀ ਕਿ ਜਿਹੜਾ ਕੋਈ ਕੰਮ ਕਰਦਾ ਹੈਗਾ ਲੋਕ ਭਲੇ ਦੀ ਵੀ ਅਸੀਂ ਗੱਲ ਕਰਦੇ, ਅਤੇ ਗੱਲ ਯਾਨੀ ਕਿ ਹੀਰ ਜਿਹੜਾ ਬਿੰਦੂ ਹੈਗਾ ਉਹ ਇਨਸਾਨੀਅਤ 'ਤੇ ਆਣ ਕੇ ਟਿਕਦਾ, ਬਿਲਕੁਲ ਠੀਕ ਹੈ। ਅਤੇ ਜੇ ਉਹ ਇਨਸਾਨੀਅਤ ਜਜ਼ਬਿਆਂ ਨੂੰ ਝੰਜੋੜਦੀ ਨਹੀਂ ਕੋਈ ਗੱਲ ਹੈਗੀ ਤਾਂ ਮੈਂ ਸਮਝ ਲਿਆ ਵੀ ਉਹ ਲੇਖਕ ਹੋਣ ਦਾ ਵੀ ਉਸ ਬੰਦੇ ਦਾ ਕੋਈ ਮਤਲਬ ਨਹੀਂ ਹੈ, ਕਵਿਤਾ ਲਿਖਣ ਦਾ ਵੀ ਕੋਈ ਮਤਲਬ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਸੀ ਲੇਖਕ ਦੀ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ, ਬਿਲਕੁਲ ਠੀਕ ਹੈ ਜੀ, ਉਹ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈਗੀ ਆ ਉਹ, ਅਤੇ ਇਹ ਜਿਹੜਾ ਦਰਦ ਨੂੰ ਉਸ ਸ਼ਿੱਦਤ ਦੇ ਨਾਲ ਜਿਹੜਾ ਸਮਝਣਾ, ਜਾਂ ਤੁਸੀਂ ਗੁਰੂ ਜੀ ਦੀਆਂ ਤੁਸੀਂ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਵਿਤਾ ਹੈ ਤੈਂ ਕੀ ਦਰਦ ਨਾ ਆਇਆ ਏਤੀ ਮਾਰ ਪੇ ਕਰਲਾਉਣੀ, ਯਾਨੀ ਕਿ ਉਹ ਵੀ ਉਹਨਾਂ ਨੇ ਯਾਨੀ ਕਿ ਉਸ ਟਾਈਮ 'ਤੇ ਜਿਹੜੀ ਇਹ ਗੱਲ ਕੀਤੀ ਹੈਗੀ ਆ ਉਹਨਾਂ ਵਿੱਚ ਦਰਦ ਸੀ ਤਾਂ ਰੱਬ ਨੂੰ ਮਿਹਣਾ ਮਾਰਿਆ ਉਹਨਾਂ ਨੇ। ਅਤੇ ਇਹ ਜਿਹੜੀ ਗੱਲ ਹੈਗੀ ਆ ਜਦੋਂ ਕਿਸੇ ਸੰਵੇਦਨਸ਼ੀਲ ਲੇਖਕ ਨੂੰ ਟੁੰਬਦੀ ਆ ਤਾਂ ਫਿਰ ਉਹ ਲੋਕਾਂ ਨਾਲ ਉਸ ਦੁੱਖ ਨੂੰ ਜਿਹੜਾ ਹੈਗਾ ਸਾਂਝਾ ਕਰਦਾ ਹੈਗਾ। ਜਦੋਂ ਯਾਨੀ ਕਿ ਇਹ ਮੈਂ ਰਿਪੋਰਟ ਇਹ ਦੇਖੀ ਮੈਂ ਬਹੁਤ ਦੇਰ ਡਿਸਟਰਬ ਆ, ਮੈਂ ਯਾਨੀ ਕਿ ਜਿਹੜਾ ਹੈਗਾ ਕਈ ਦਿਨ ਇਹਦੇ ਬਾਰੇ ਸੋਚਦਾ ਰਿਹਾ ਲੈ ਮੈਂ ਕੀ ਲਿਖਾਂ ਕੀ ਕਰਾਂ ਅਤੇ ਕੀ ਕਰਾਂ, ਅਤੇ ਮੈਂ ਬਹੁਤ ਮੇਰਾ ਖਿਆਲ ਕਈ ਮਹੀਨਿਆਂ ਬਾਅਦ ਜਾ ਕੇ ਇਹ ਲੇਖ ਲਿਖ ਸਕਿਆ, ਅਤੇ ਜਦੋਂ ਲੇਖ ਲਿਖਿਆ ਵੀ ਹੈਗਾ ਮੈਂ ਇੱਕ ਬੈਠਕ ਵਿੱਚ ਜਾਂ 2 ਬੈਠਕਾਂ ਵਿੱਚ ਲਿਖ ਨਹੀਂ ਸਕਿਆ, ਕਿਉਂਕਿ ਯਾਨੀ ਕਿ ਇੱਕ ਇੱਕ ਸਫ਼ਾ ਲਿਖਣ ਲਈ ਇਹ ਮੇਰੇ ਖਿਆਲ 7 ਸਫ਼ੇ ਦਾ ਲੇਖ ਹੈਗਾ ਮੇਰੇ ਤੋਂ, ਪਤਾ ਨਹੀਂ ਮੈਂ ਕਿੰਨੀ ਕੁ ਵਾਰੀ ਰੋਇਆ ਸੀ ਯਾਨੀ ਕਿ ਇਹ ਲੇਖ ਲਿਖਣ ਲੱਗਾ, ਕਿਉਂਕਿ ਤੁਹਾਡੇ ਜਿਹੜੇ ਜਜ਼ਬਾਤ ਹੈਗੇ ਆ ਉਹ ਬਹੁਤ ਪਾਵਰਫੁਲ ਜਜ਼ਬਾਤ ਹੈ, ਅਤੇ ਮੈਂ ਕੁਛ ਕੇਸਿਸ ਇਹੋ ਜਿਹੇ ਕੇਸਿਸ ਨੂੰ ਡੀਲ ਕੀਤਾ ਹੈਗਾ, ਮੈਂ ਕੋਈ ਕੁਛ ਇਹੋ ਜਿਹੇ ਕੇਸਿਸ ਨੂੰ ਜਾਣਦਾ ਹੈਗਾ, ਅਤੇ ਤੁਹਾਡੇ 'ਤੇ ਮਨ 'ਤੇ ਇਹਦਾ ਇਸ ਗੱਲ ਦਾ ਅਸਰ ਪੈਂਦਾ ਹੈ, ਖਾਸ ਕਰਕੇ ਜਦੋਂ ਜਿਹੜਾ ਬੱਚਾ ਹੈਗਾ ਜਾਂ ਬੱਚੀ ਹੈਗੀ ਆ ਤਾਂ ਉਹਨਾਂ ਰੁੱਸ ਕੇ ਚਲ ਗਿਆ। ਬਿਲਕੁਲ, ਦੇਖੋ ਰੁੱਸਣਾ ਰਸਾਉਣਾ ਤਾਂ ਅਸੀਂ ਰੋਜ਼ ਅਸੀਂ ਕਰਦੇ ਘਰ ਵਿੱਚ ਜਿਹੜਾ ਹੈਗਾ ਉਹ ਜ਼ਿੰਦਗੀ ਦਾ ਪਾਠ ਹੈਗਾ, ਇਹ ਤੋਂ ਬਿਨਾਂ ਅਸੀਂ ਰੁੱਸਦੇ ਰਸਾਉਂਦੇ ਵੀ ਉਹਦੇ ਨਾਲ ਜਿੰਨਾ ਸਾਡਾ ਕੋਈ ਲਗਾਓ ਹੈ, ਨਹੀਂ ਤਾਂ ਦੁਨੀਆ ਵੱਸਦੀ ਹੈ ਕੌਣ ਉਹਨਾਂ ਨਾਲ ਕਿਸੇ ਨਾਲ ਰੁੱਸਦਾ ਅਤੇ ਕੌਣ ਕਿਸੇ ਨਾਲ ਜਿਹੜਾ ਹੈਗਾ ਕਿਸੇ ਦੀ ਕੋਈ ਪਰਵਾਹ ਕਰਦਾ ਹੈਗਾ, ਪਰ ਉਹਦਾ ਜਿਹੜਾ ਜਿਹੜਾ ਸੱਲ ਹੈ ਇਹ ਦੋਨੇ ਪਾਸੇ ਹੈ ਗੁਰੂ ਜੀ, ਯਾਨੀ ਕਿ ਜਿਹੜਾ ਬੰਦਾ ਰੁੱਸ ਕੇ ਚਲ ਗਿਆ ਹੈਗਾ ਉਹ ਵੀ ਬਹੁਤ ਦੁਖੀ ਹੈ, ਅਤੇ ਜਿਹੜਾ ਬੰਦਾ ਯਾਨੀ ਕਿ ਰੁੱਸਣ ਤੋਂ ਬਾਅਦ ਜਿਹੜੇ ਬੰਦੇ ਪਿੱਛੇ ਰਹਿ ਗਏ ਹੈਗੇ ਉਹਦੇ ਮਾਂ ਬਾਪ ਹੈਗੇ ਆ ਜਾਂ ਭੈਣ ਭਾਈ ਹੈ ਜਾਂ ਕੋਈ ਹੋਰ ਤੁਹਾਡਾ ਦੋਸਤ ਮਿੱਤਰ ਵੀ ਹੈਗਾ, ਉਹਨਾਂ 'ਤੇ ਵੀ ਜਿਹੜੀ ਬੀਤਦੀ ਹੈ ਨਾ ਇਹ ਮੈਨੂੰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਲੈ ਮੈਂ ਚਾਹੇ ਪੰਜਾਬੀ ਦੇ ਜਿੰਨੇ ਮਰਜ਼ੀ ਲਫ਼ਜ਼ ਜਾਣ ਵਾਲੇ ਮੇਰੇ ਕੋਲ ਕੋਈ ਇਹੋ ਜਿਹਾ ਢੁੱਕਵਾਂ ਲਫ਼ਜ਼ ਨਹੀਂ ਲੱਭਦਾ ਜਿਹੜਾ ਕਿ ਉਹਨੂੰ ਉਸ ਜਜ਼ਬਾਤ ਨੂੰ ਉਹ ਰਿਪ੍ਰਜੈਂਟ ਕਰ ਸਕੇ, ਕਿਉਂਕਿ ਤੁਹਾਡੇ ਮਨ ਵਿੱਚ ਇੱਕ ਕਿਸਮ ਦਾ ਸ਼ੇਕ ਕਰ ਦਿੰਦਾ ਇਹ ਤੁਹਾਡਾ ਜਿਹੜਾ ਸੱਲ ਹੈਗਾ ਇੰਨਾ ਇੰਨਾ ਜ਼ਿਆਦਾ ਹੈ ਉਹਨੂੰ ਤੁਸੀਂ ਤੋਲ ਵੀ ਨਹੀਂ ਸਕਦੇ, ਤੁਸੀਂ ਉਹਨੂੰ ਮਿਣ ਨਹੀਂ ਸਕਦੇ। ਡਾਕਟਰ ਹਰੀਸ਼ ਜੀ, ਜਿਹੜਾ ਇਹ ਬਿਲਕੁਲ ਤੁਸੀਂ ਜਿਹੜੀ ਗੱਲ ਠੀਕ ਹੈ, ਪਰ ਉਸ ਆਰਟੀਕਲ ਦੇ ਵਿੱਚ ਜਾਂ ਉਸ ਰਿਪੋਰਟ ਦੇ ਵਿੱਚ ਜਿਹੜਾ ਉਹ ਸਰਵੇਖਣ ਰਿਪੋਰਟ ਸੀ ਉਹਦੇ ਵਿੱਚ ਇੱਕ ਗੱਲ ਬੜੀ ਜਿਹੜੀ ਤੁਹਾਨੂੰ ਬਹੁਤ ਚਿੰਤਿਤ ਕਰਦੀ ਆ, ਹਾਂਜੀ ਦੁਖੀ ਕਰਦੀ ਆ, ਪਰ ਜਿਹਦੇ ਬਾਰੇ ਸੋਚਣ ਲਈ ਮਜਬੂਰ ਕਰਦੀ ਆ ਉਹ ਗੱਲ, ਉਹ ਇਹ ਹੈ ਕਿ ਉਹਦੇ ਵਿੱਚੋਂ ਅੱਧ ਯਾਨੀ ਕਿ 50% ਬਿਲਕੁਲ ਬਿਲਕੁਲ 50% ਉਹ ਬੱਚੇ ਬੱਚੀਆਂ ਨੇ, ਹਾਂਜੀ ਹਾਂਜੀ, ਜਿਨ੍ਹਾਂ ਦੀ ਏਜ 13 ਸਾਲਾਂ ਤੋਂ ਲੈ ਕੇ 17 ਸਾਲਾਂ ਦੀ ਲੜਕੀਆਂ ਦੀ, 20 ਸਾਲ ਤੋਂ ਲੈ ਕੇ 30 ਸਾਲ ਤੱਕ ਲੜਕੀਆਂ ਦੀ ਜਿਹੜੀ ਘਰੋਂ ਚਲੇ ਜਾਂਦੇ ਆ, ਬਿਲਕੁਲ ਬਿਲਕੁਲ, ਔਰ ਉਹ ਮੁੜ ਕੇ ਪਰਤਦੇ ਨਹੀਂ ਹੈ, ਹਾਂਜੀ ਹਾਂਜੀ ਹਾਂਜੀ, ਕੀ ਕਹਿੰਦੇ ਤੁਹਾਡਾ ਚਾਹ। ਅਸਲ 'ਚ ਜਿਹੜੇ ਇਹਦੇ ਕਾਰਨ ਹੈਗੇ ਆ ਉਹ ਦੇਖਣ 'ਚ ਥਰੂ ਸੋਸ਼ਲ ਸਰਵਿਸ ਦੀ ਅਤੇ ਯਾਨੀ ਕਿ ਜਾਂ ਜਿਹੜਾ ਆਮ ਲੋਕਾਂ ਨਾਲ ਗੱਲਬਾਤ ਕਰਕੇ ਵੀ ਕਹਿੰਦੇ ਲੈਣ ਕਿ ਜਿਹੜੇ ਜਿਹੜੇ ਬੱਚੇ ਬੱਚੀਆਂ ਖਾਸ ਕਰਕੇ ਜਿਹੜੇ ਘਰੋਂ ਜਾਂਦੇ ਹੈਗੇ ਆ ਉਹ ਉਹਨਾਂ ਨਾਲ ਘਰ ਵਿੱਚ ਬਦਸਲੂਕੀ ਹੁੰਦੀ ਹੈ, ਐਕਚੁਅਲ ਕਿ ਮੇਨ ਜਿਹੜਾ ਕਾਰਨ ਹੈਗਾ ਹੈ ਨਾ ਉਹਨਾਂ ਨਾਲ ਤੁਸੀਂ ਬਦਸਲੂਕੀ ਕਰਦੇ ਹੈਗੇ ਆ, ਉਹਨਾਂ ਦਾ ਤੁਸੀਂ ਇਹ ਨਹੀਂ ਹੁੰਦਾ ਲੈ ਤੁਸੀਂ ਬੱਚਿਆਂ ਨੂੰ ਕੁੱਟਦੇ ਹੈਗੇ ਵੀ ਉਹੀ ਤਸ਼ੱਦਦ ਹੈ, ਤਸ਼ੱਦਦ ਯਾਨੀ ਕਿ ਇਹ ਵੀ ਹੈਗਾ ਜਿਹੜਾ ਸਾਈਕੋਲੋਜੀਕਲੀ ਤੁਸੀਂ ਤਸ਼ੱਦਦ ਕਰਦੇ ਹੈਗੇ ਨਾ ਬੱਚੇ ਨੂੰ ਕਿਸੇ ਪਾਸੇ ਜਾਣ ਨਹੀਂ ਦਿੰਦੇ, ਖਾਸ ਕਰਕੇ ਬੱਚੀਆਂ ਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ, ਕੋਈ ਟੈਲੀਫੋਨ ਨਹੀਂ ਕਰ ਸਕਦੀ, ਜਾਂ ਜਿਹੜਾ ਹੈਗਾ ਉਹਨਾਂ ਨੂੰ ਜੇ ਪੈਸੇ ਚਾਹੀਦੇ ਪੈਸੇ ਨਹੀਂ ਦੇਣੇ ਹੈਗੇ, ਜਾਂ ਕੋਈ ਬੱਚਾ ਕੱਪੜਾ ਪਾਉਣਾ ਚਾਹੁੰਦਾ ਹੈਗਾ ਉਸ ਤਰ੍ਹਾਂ ਕੱਪੜਾ ਨਹੀਂ ਪਾ ਸਕਦਾ, ਉੱਤੇ ਬਹੁਤ ਸਾਰੀਆਂ ਬੰਦਿਸ਼ਾਂ ਜਿਹੜੀਆਂ ਲਾਉਣੀਆਂ ਹੈਗੀਆਂ, ਉਹ ਸਟ੍ਰੈਸ ਯਾਨੀ ਕਿ ਲੈਵਲ ਉਹਨਾਂ ਬੱਚਿਆਂ ਦਾ ਇੰਨਾ ਜ਼ਿਆਦਾ ਵੱਧ ਜਾਂਦਾ ਉਹਨਾਂ ਨੂੰ ਲੱਗਦਾ ਵੀ ਆਈ ਕਾਂਟ ਟੇਕ ਇਟ ਐਨੀ ਮੋਰ,
ਵੀ ਮੇਰੇ ਤੋਂ ਇਸ ਤੋਂ ਜ਼ਿਆਦਾ ਹੋਰ ਬਰਦਾਸ਼ਤ ਨਹੀਂ ਹੁੰਦਾ। ਐਕਟ ਇਨ ਕਿ ਜਿਹੜੀ ਬਦਸਲੂਕੀ ਹੈਗੀ ਆ, ਬਦਸਲੂਕੀ ਜਿੱਦਾਂ ਮੈਂ ਦੱਸਿਆ ਹੈਗਾ ਉਹ ਫਾਈਨੈਂਸ਼ੀਅਲ ਬਦਸਲੂਕੀ ਵੀ ਹੋ ਸਕਦੀ ਆ, ਉਹ ਬਦਸਲੂਕੀ ਜਿਹੜੀ ਹੈਗੀ ਆ ਇਮੋਸ਼ਨਲ ਬਦਸਲੂਕੀ ਵੀ ਹੋ ਸਕਦੀ ਆ, ਉਹ ਤੇ ਕਈ ਕੇਸਿਸ ਦੇ ਵਿੱਚ ਇਹ ਬਦਸਲੂਕੀ ਜਿਹੜੀ ਸੈਕਸੁਅਲ ਵੀ ਹੈ, ਯਾਨੀ ਕਿ ਜਿਹੜੇ ਕੇਸਿਸ ਡੀਲ ਕੀਤੇ ਹੈ। ਫਿਰ ਉਹ ਬੱਚਿਆਂ 'ਤੇ ਯਾਨੀ ਕਿਹੜਾ ਹੈਗਾ ਬਦਸਲੂਕੀ ਦੀ ਇੰਤਹਾ ਜਦੋਂ ਹੋ ਜਾਂਦੀ ਹੈਗੀ ਆ, ਉਹ ਕਹਿੰਦੇ ਨੇ ਵੀ ਨਹੀਂ ਮੈਂ ਹੁਣ ਇੱਥੇ ਠਹਿਰ ਨਹੀਂ ਸਕਦਾ ਅਤੇ ਉਹ ਚਲ ਜਾਂਦੇ ਹੈ। ਪਰ ਦੇਖਣ ਵਾਲੀ ਗੱਲ ਜਿੱਦਾਂ ਸਰਵੇ ਵਿੱਚ ਵੀ ਆਇਆ ਹੈਗਾ, ਜਿਹੜੇ ਲੜਕੇ ਹੈਗੇ ਉਹਨਾਂ ਦੀ ਉਮਰ ਥੋੜ੍ਹੀ ਜ਼ਿਆਦਾ ਹੈ। ਮੈਨੂੰ ਇਹ ਲੱਗਦਾ ਹੈਗਾ ਕਿਉਂਕਿ ਜੋ ਸਮਾਜਿਕ ਤਾਣਾ ਬਾਣਾ ਹੈਗਾ, ਨਾਲ ਇਹ ਫਿਗਰਸ ਜਿਹੜੀਆਂ ਹੈਗੀਆਂ ਇਹ ਗੋਰਿਆਂ ਦੀਆਂ, ਗੋਰੇ ਗੋਰੀਆਂ ਦੇ ਵਿੱਚ ਸਾਡੇ ਬੱਚੇ ਹੋਣਗੇ, ਉਹਨਾਂ ਨੇ ਯਾਨੀ ਕਿ ਡਿਸਟਿੰਗੁਇਸ਼ ਨਹੀਂ ਕੀਤਾ ਹੈਗਾ ਵੀ ਇਹਨਾਂ ਵਿੱਚੋਂ ਏਸ਼ੀਅਨਸ ਬੱਚੇ ਕਿੰਨੇ ਹੈਗੇ ਅਤੇ ਗੋਰੇ ਕਿੰਨੇ ਹੈਗੇ, ਜਨਰਲ ਗੱਲ ਹੈ। ਪਰ ਇਹ ਯਾਨੀ ਕਿ ਜਿਹੜੀ ਗੱਲ ਹੈਗੀ ਆ, ਜਦੋਂ ਜਿਹੜੀ ਕੰਪੈਰੇਟਿਵਲੀ ਮੇਲ 'ਤੇ ਹੈ, ਯਾਨੀ ਕਿ ਖਾਸ ਕਰਕੇ ਮੁੰਡਿਆਂ 'ਤੇ ਹੈਗਾ, ਮੁੰਡੇ ਕਿਉਂਕਿ ਥੋੜ੍ਹਾ ਆਊਟ ਗੋਇੰਗ ਹੈ, ਬਾਹਰ ਜਾ ਕੇ ਮਾੜੀ ਮੋਟੀ ਗੱਲ ਕਰ ਲਈ ਜਾਂ ਕਿਸੇ ਨਾਲ ਉਹ ਹੈਗਾ, ਕੁੜੀਆਂ ਕੰਪੈਰੇਟਿਵਲੀ ਘਰ ਯਾਨੀ ਕਿ ਘਰ ਵਿੱਚ ਹੀ ਹੈਗੀਆਂ, ਕਿਸੇ ਪਾਸੇ ਜਾਣਾ ਨਹੀਂ ਹੈ, ਅਤੇ ਉਹ ਇਸ ਕਰਕੇ ਉਹ ਜਿਹੜੇ ਮੁੰਡੇ ਹੈਗੇ ਆ ਮੈਨੂੰ ਲੱਗਦਾ ਉਹਨਾਂ 'ਤੇ ਥੋੜ੍ਹਾ ਜਿਹਾ ਹੋਰ ਮਾਦਾ ਹੈਗਾ, ਯਾਨੀ ਕਿ ਯਾਨੀ ਕਿ ਉਹ ਬਾਹਰ ਐਕਸਪ੍ਰੈਸ ਕਰਨ ਕਰਕੇ ਉਹਨਾਂ ਦੀ ਉਮਰ ਥੋੜ੍ਹੀ ਜ਼ਿਆਦਾ ਜਦੋਂ ਉਹ ਛੱਡ ਕੇ ਜਾਂਦੇ ਹੈ। ਪਰ ਗੱਲ ਮੇਨ ਰੀਜ਼ਨ ਇਹੀ ਹੈਗਾ ਬਦਸਲੂਕੀ ਹੈ। ਪਰ ਇਸ ਕਤਾਰਬੰਦੀ ਵਿੱਚ ਯਾਨੀ ਕਿ ਜਿਹੜੀ ਜੇ ਆਪਾਂ ਥੋੜ੍ਹਾ ਇਹਨੂੰ ਅੱਗੇ ਵੀ ਤੁਰੀਏ, ਜੀ ਇਹ ਜਿਹੜਾ ਸੱਲ ਹੈਗਾ, ਜਿਹੜੀ ਆਪਾਂ ਸੱਲ ਦੀ ਗੱਲ ਕਰ ਰਹੇ ਹਾਂ, ਦਰਦ ਦੀ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਜਿਹੜੀਆਂ ਇਹ ਤੰਦਾਂ ਇੰਨੀਆਂ ਮਹੀਨ ਹੈ ਅਤੇ ਇੰਨੀਆਂ ਨਾਜ਼ੁਕ ਹੈਗੀਆਂ, ਇਹ ਉਹ ਤੰਦਾਂ ਹੈਗੀਆਂ ਜਦੋਂ ਕਿਸੇ ਦਾ ਬੱਚਾ ਕੋਈ ਕਿਡਨੈਪ ਕਰ ਲੈਂਦਾ, ਜਾਂ ਆਪਾਂ ਹੁਣ ਕੇਸ ਸੁਣੇ ਹੈਗੇ ਹਾਂ ਪਿੱਛੇ ਤੁਹਾਨੂੰ ਯਾਦ ਹੋਣਾ ਪੁਰਤਗਾਲ ਬੱਚਾ ਕਿ ਯਾਨੀ ਕਿ ਜਿਹੜਾ ਡਾਕਟਰ ਸੀਗੇ ਉਹ ਮਕੇਨ ਯਾਨੀ ਕਿ ਡਾਕਟਰ ਸੀ, ਉਹਨਾਂ ਦੀ ਕੁੜੀ ਬੱਚੀ ਸੀ 4-5 ਸਾਲ ਦੀ, ਅਜੇ ਤੱਕ ਨਹੀਂ ਲੱਭੀ ਉਹ, ਦੋਨੇ ਯਾਨੀ ਕਿ ਮੈਡੀਕਲ ਡਾਕਟਰ ਹੈਗੇ ਉਹ, ਅਤੇ ਉਹਨਾਂ 'ਤੇ ਜਿਹੜਾ ਹੈਗਾ ਜੋ ਬੀਤੀ ਇਹ ਉਹੀ ਜਾਣਦਾ, ਉਸ ਪੇਰੈਂਟਸ ਦੇ ਦੋਨਾਂ 'ਤੇ ਕੀ ਬੀਤੀ। ਫਿਰ ਇਸ ਤੋਂ ਬਿਨਾਂ ਜਿਹੜਾ ਮੀਡੀਆ ਹੈਗਾ, ਇਹਨਾਂ ਨੇ ਕਾਫੀ ਐਲੀਗੇਸ਼ਨਸ ਉਹਨਾਂ 'ਤੇ ਲਾਏ, ਯਾਨੀ ਕਿ ਉਸ ਗੱਲ ਨੂੰ ਕਾਫੀ ਉਛਾਲਿਆ, ਉਹਨਾਂ 'ਤੇ ਵਿਚਾਰੇ ਦੋਸ਼ ਲਾਉਣ ਲੱਗ ਪਹਿਲੇ ਵੀ ਹਾਂ ਜੀ ਇਹਨਾਂ ਨੇ ਨਗਲੈਕਟ ਕੀਤਾ, ਕਿ ਕਹਿੰਦੇ ਜੀ ਐਵੇਂ ਇਹਦਾ ਗੱਲ ਕਰਦੇ ਹੈਗੇ ਆ। ਇਹ ਜਿਸ ਬੰਦੇ 'ਤੇ ਬੀਤਦੀ ਹੈ ਨਾ ਉਹਨੂੰ ਪਤਾ ਹੈ। ਇੱਕ ਡਾਕਟਰ ਜੀ ਜੀ ਇੱਥੇ ਜੇ ਆਪਾਂ ਇਹ ਗੱਲ ਕਰੀਏ ਕਿ ਜੇ ਅਸੀਂ ਇਹਨੂੰ ਆਪਣੇ, ਕਿਉਂਕਿ ਸਾਡੇ ਜਿੱਦਾਂ ਹੁਣੇ ਤੁਸੀਂ ਦੱਸਿਆ ਕਿ ਇਹਦੇ 'ਚ ਉਹਨਾਂ ਨੇ ਕੋਈ ਇਹ ਨਹੀਂ ਦੱਸਿਆ ਕਿ ਏਸ਼ੀਅਨ ਕਿਹੜੇ ਆ ਜਾਂ ਗੋਰੇ ਕਿੰਨੇ ਆ ਜਾਂ ਕਿੰਨੇ ਆ, ਹੋ ਸਕਦਾ ਸਾਡੇ ਵੀ ਵਿੱਚ ਬੰਦੇ ਹੋਣ। ਬਿਲਕੁਲ ਜੀ, ਅਕਸਰ ਜਦੋਂ ਆਪਾਂ ਆਪਣੇ ਸਮਾਜ ਵੱਲ ਦੇਖਦੇ ਹਾਂ, ਸਾਡੇ ਲੋਕ ਜਿਹੜੇ ਆ ਰਿਪੋਰਟ ਕਰਨ 'ਚ ਬਹੁਤ ਝਿਜਕਾਉਂਦੇ, ਔਰ ਉਹਨਾਂ ਦੀ ਇਹ ਝਿਜਕ ਜਿਹੜੀ ਆ ਉਹ ਇਹ ਫਿਰ ਆਪਣੇ ਆਪ ਅੰਦਰ ਉਹ ਘੁਲਦੇ ਰਹਿੰਦੇ। ਬਿਲਕੁਲ ਬਿਲਕੁਲ, ਔਰ ਉਹ ਕਿਸੇ ਨੂੰ ਦੱਸ ਨਹੀਂ ਸਕਦੇ, ਨਹੀਂ ਦੱਸ ਸਕਦੇ, ਦੱਸ ਉੱਥੇ ਸਕਦੇ ਆ ਜਿੱਥੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹ ਮੇਰੀ ਦੱਸੀ ਗੱਲ ਦਾ ਮਜ਼ਾਕ ਨਹੀਂ ਉਡਾ। ਹਾਂਜੀ ਹਾਂਜੀ, ਮੇਰੀ ਗੱਲ ਸੁਣੂਗਾ ਸੁਣੂਗਾ। ਹਾਂਜੀ ਹਾਂਜੀ, ਔਰ ਦੂਸਰੀ ਗੱਲ ਇਹ ਆ ਕਿ ਜਿਹੜੀ ਇਹ ਗੱਲ ਹੈਗੀ ਆ ਉਹਦੇ ਲਈ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਹੋਏਗਾ ਕਿ ਬੱਚਿਆਂ ਦੀ ਜਿਹੜੀ ਸਾਡੀ ਕਮਿਊਨੀਕੇਸ਼ਨ ਗੈਪ ਹੈ। ਹਾਂਜੀ ਹਾਂਜੀ, ਉਹ ਕਿਉਂਕਿ ਬੱਚਿਆਂ ਨੂੰ ਕੋਈ, ਹਰ ਮਾਂ ਬਾਪ ਇਹ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ, ਕਿਉਂਕਿ ਖਾਸ ਕਰਕੇ ਬੱਚੀਆਂ 'ਤੇ, ਕਿ ਉਹਨਾਂ ਨੇ ਦੂਸਰੇ ਪਰਿਵਾਰ 'ਚ ਜਾਣਾ, ਉਹਨਾਂ ਨੂੰ ਐਨ ਪਰਫੈਕਟ ਬਣਾਇਆ ਜਾਵੇ, ਉਹ 'ਚ ਹੋ ਸਕਦਾ ਉਹ ਤਸ਼ੱਦਦ ਵੀ ਸਮਝ ਲੈਣ। ਬਿਲਕੁਲ, ਪਰ ਅਕਸਰ ਉਹ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਪਰਫੈਕਟ ਬਣਾਇਆ ਜਾਵੇ, ਤਾਂ ਕਿ ਜੀਵਨ ਦੇ ਜਿਨ੍ਹਾਂ ਉਤਰਾਵਾਂ ਚੜ੍ਹਾਵਾਂ 'ਚ ਹੀ ਉਹ ਨੰਗੇ ਆ, ਉਹਨਾਂ 'ਚ ਹੀ ਉਹ ਬੱਚੇ ਲੰਘਦੇ ਕਿਤੇ ਤਿਲਕ ਨਾ ਜਾਣ। ਬਿਲਕੁਲ ਬਿਲਕੁਲ, ਦੇਖੋ ਜੀ ਜਿਹੜੀ ਜਿਹੜੀ ਮੇਨ ਜਿਹੜੀ ਤੁਸੀਂ ਉਹ ਗੱਲ ਦੋਨਾਂ 'ਤੇ ਦੋ ਪੁਆਇੰਟ ਤੁਸੀਂ ਯਾਨੀ ਕਿ ਰੇਜ਼ ਕੀਤੇ ਹੈਗੇ ਆ, ਜਿਹੜਾ ਕਮਿਊਨੀਕੇਸ਼ਨ ਹੈਗਾ ਨਾ ਇਹ ਕਦੀ ਇਹ ਸਟੋਪ ਨਹੀਂ ਹੋਣਾ ਚਾਹੀਦਾ। ਬਿਲਕੁਲ ਠੀਕ, ਕੁਛ ਵੀ ਯਾਨੀ ਕਿ ਜਿੱਦਾਂ ਮਰਜ਼ੀ ਤੁਹਾਡਾ ਮਸਲਾ ਹੈਗਾ, ਤੁਹਾਡਾ ਜਿਹੜਾ ਕਮਿਊਨੀਕੇਸ਼ਨ ਹੈਗਾ ਇਹ ਬਹੁਤ ਹੀ ਜ਼ਰੂਰੀ ਹੈ। ਜੋ ਤੁਹਾਡਾ ਕਮਿਊਨੀਕੇਸ਼ਨ ਟੁੱਟਦਾ ਹੈਗਾ, ਉਦੋਂ ਫਿਰ ਜਿਹੜਾ ਹੈਗਾ ਬੰਦੇ ਦੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਉਂਦੇ ਹੈ, ਉਹ ਗਲਤ ਮਲਤ ਵੀ ਸੋਚਦਾ ਹੈਗਾ ਦੋਨੇ ਪਾਸੇ, ਮਾਂ ਬਾਪ ਵੀ ਅਤੇ ਬੱਚਾ ਵੀ ਸੋਚਦਾ ਲੈ ਵੀ ਇਹ ਤਾਂ ਜੀ ਮੈਨੂੰ ਲਾਇਕ ਨਹੀਂ ਕਰਦੇ ਹੈਗੇ, ਬੱਚਾ ਵੀ ਇਨਸਕਿਓਰ ਫੀਲ ਕਰਦਾ, ਮਾਂ ਬਾਪ ਵੀ ਫੀਲ ਕਰਦਾ ਲੈ ਵੀ ਇਹ ਤਾਂ ਮੇਰੀ ਗੱਲ ਸੁਣਦਾ ਨਹੀਂ ਹੈਗਾ, ਇਹਨੂੰ ਤਾਂ ਮੈਂ ਸਭ ਕੁਛ ਸਿਖਾਉਣਾ ਹੈਗਾ। ਉਸ ਟਾਈਮ 'ਤੇ ਅਸੀਂ ਇਹ ਨਹੀਂ ਸੋਚਦੇ ਹੈਗੇ ਲੈ ਵੀ ਇਹਦਾ ਰਿਜ਼ਲਟ ਕੀ ਨਿਕਲਣਾ ਹੈ, ਉਹ ਰਿਜ਼ਲਟ ਯਾਨੀ ਬੜੀ ਦੂਰੇ ਜਿਹਾ ਪਿਆ ਹੁੰਦਾ, ਅਸੀਂ ਰਿਜ਼ਲਟ ਬਾਰੇ ਉਦੋਂ ਨਹੀਂ ਸੋਚਿਆ ਹੁੰਦਾ। ਦੂਜਾ ਇਹ ਹੁੰਦਾ ਲੈ ਵੀ ਜਦੋਂ ਬੱਚਾ ਉਹ ਕੋਈ ਗੱਲ ਕਰ ਰਿਹਾ ਹੈਗਾ ਉਹਨੂੰ ਲਿਸਨ ਜ਼ਰੂਰ ਕਰੋ। ਸਾਡੇ ਵਿੱਚ ਯਾਨੀ ਕਿ ਜਿਹੜਾ ਪੇਸ਼ੈਂਸ ਹੈਗਾ ਨਾ ਉਹ ਬਹੁਤ ਜ਼ਰੂਰੀ ਹੈ, ਚਾਹੇ ਉਹ ਗੋਰਿਆਂ ਦੀ ਗੱਲ ਹੈਗੀ, ਚਾਹੇ ਕਾਲਿਆਂ ਦੀ ਗੱਲ ਹੈ, ਚਾਹੇ ਸਾਡੇ ਆਪਣੇ ਏਸ਼ੀਅਨਸ ਦੀ ਗੱਲ ਹੈਗੀ ਆ, ਲਿਸਨਿੰਗ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਇਹ ਬਹੁਤ ਹੀ ਵੱਡਾ ਇਨਗਰੀਡੀਅੰਟ ਹੈ ਜਿੱਥੋਂ ਅਸੀਂ ਕਈ ਵਾਰੀ ਬਾਂਝੇ ਰਹੇ ਹਾਂ। ਅਤੇ ਉਹ ਜਿਹੜਾ ਲਿਸਨਿੰਗ ਹੈਗਾ, ਲਿਸਨਿੰਗ ਉਹਦੇ ਪੁਆਇੰਟ ਆਫ ਵਿਊ ਨਾਲ ਸੁਣੋ ਵੀ ਯਾਨੀ ਕਿ ਬੱਚਾ ਕੀ ਕਹਿ ਰਿਹਾ ਹੈਗਾ। ਬੱਚਾ ਯਾਨੀ ਕਿ ਜਿਹੜੀ ਜਿਹੜੀ ਅਸੀਂ ਗੱਲ ਕਰਦੇ ਹੈਗੇ, ਜਿਸ ਹਿਸਾਬ ਨਾਲ ਅਸੀਂ ਜੰਮੇ ਪਲੇ ਹੈਗੇ, ਸਾਨੂੰ ਉਹ ਤਜਰਬਾ ਹੈ, ਅਸੀਂ ਆਪਣੀ ਗੱਲ ਨੂੰ ਯਾਨੀ ਕਹਿੰਦੇ ਲੈ ਵੀ ਇਹ ਗੱਲ ਠੀਕ ਹੈਗੀ ਆ, ਮੇਰੇ ਮਾਂ ਬਾਪ ਨੇ ਮੈਨੂੰ ਇੱਦਾਂ ਪੜਿਆ ਸੀਗਾ। ਪਰ ਇਹ ਤੁਸੀਂ ਗੱਲ ਅਸੀਂ ਕਈ ਵਾਰੀ ਭੁੱਲ ਜਾਂਦੇ ਹੈਗੇ ਹਾਂ ਵੀ ਇਹ ਮਾਹੌਲ ਜੁਦਾ ਹੈਗਾ, ਇਹ ਯਾਨੀ ਕਿ ਜਿਹੜਾ ਇੱਥੇ ਕੰਟਰੀ ਜੁਦਾ ਹੈਗਾ, ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਜੁਦੇ ਹੈਗੇ ਆ, ਸੱਭਿਆਚਾਰਕ ਯਾਨੀ ਕਿ ਇਹਨਾਂ ਦੇ ਰੀਤੀ ਰਿਵਾਜ, ਰਸਮ ਰਿਵਾਜ ਜਿਹੜੇ ਜੁਦੇ ਹੈਗੇ ਆ, ਅਤੇ ਅਸੀਂ ਇਹੋ ਜਿਹਾ ਮਾਹੌਲ ਵਿੱਚ ਬੱਚੇ ਨੂੰ ਪੜ੍ਹ ਰਹੇ ਹਾਂ ਜਿਹਦੇ 'ਤੇ ਕਿ ਬਹੁਤ ਬੁਰੀ ਤਰ੍ਹਾਂ ਚਾਰੇ ਪਾਸਿਆਂ ਤੋਂ ਇਨਫਲੂਐਂਸ ਪੈ ਰਿਹਾ ਹੈਗਾ, ਅਤੇ ਉਹਦੀ ਯਾਨੀ ਕਿ ਜੇ ਤੁਸੀਂ ਗੱਲ ਨਹੀਂ ਸੁਣਦੇ ਹੈਗੇ, ਜੇ ਤੁਸੀਂ ਉਹਨੂੰ ਚੁੱਪ ਕਰਕੇ ਬਿਠਾ ਦਿੰਦੇ ਤੂੰ ਇੱਥੇ ਬਹਿ
ਉਹਨਾਂ ਤੋਂ ਫਿਰ ਯਾਨੀ ਕਿਹੜਾ ਹੈਗਾ ਚਾਰਾ ਇਹ ਰਹਿੰਦਾ ਵੀ ਮੈਂ ਇੱਥੋਂ ਕਿਨਾਰਾ ਕਰ ਸਕਾਂ, ਵੀ ਇੱਥੋਂ ਮੈਂ ਚੱਲ ਜਾਵਾਂ ਕਿਸੇ ਨਾ ਕਿਸੇ ਤਰ੍ਹਾਂ, ਅਤੇ ਉਹ ਫਿਰ ਚੱਲ ਜਾਂਦੇ ਹੈਗੇ, ਉਹ ਰੁਸ ਕੇ ਚੱਲ ਜਾਂਦੇ ਹੈਗੇ ਜਾਂ ਕਿਸੇ ਤਰੀਕੇ ਨਾਲ ਚੱਲ ਜਾਂਦੇ ਹੈਗੇ ਆ, ਅਤੇ ਉਹ ਫਿਰ ਮੁੜ ਕੇ ਆਉਂਦੇ ਨਹੀਂ ਹੈ, ਉਹ ਕਹਿੰਦੇ ਲੈ ਮੈਨੂੰ ਇਹਨਾਂ ਨੇ ਇੰਨਾ ਦੁਖੀ ਕਰਤਾ ਹੈਗਾ, ਆਈ ਡੋਂਟ ਵਾਂਟ ਟੂ ਨੋ ਦੈਮ। ਪਰ ਕੁਛ ਕੇਸਿਸ ਜਿਹੜੇ ਆ ਜਿਹੜੇ ਕਿ ਮੈਂ ਗੁਰੂ ਜੀ ਯਾਨੀ ਕਿ ਡੀਲ ਕੀਤੇ ਆਪਣੇ ਸੋਸ਼ਲ ਵਰਕ ਦੇ ਕਿੱਤੇ ਦੇ ਵਿੱਚ ਜੀ, ਉੱਥੇ ਕੁੜੀਆਂ ਜਿਹੜੀਆਂ ਘਰੋਂ ਉਹ ਕਿਸੇ ਵੀ ਕਾਰਨ ਕਰਕੇ ਚਲੀਆਂ, ਕਿਉਂਕਿ ਇੱਕ ਤਾਂ ਏਜ ਉਹੋ ਜਿਹੀ ਹੁੰਦੀ ਹੈਗੀ ਆ ਤੁਹਾਡੀ, ਉਹ ਹਾਰਮੋਨਸ ਜਿਹੜੇ ਤੁਹਾਡੇ ਪੈਦਾ ਹੁੰਦੇ ਹੈਗੇ, ਤੁਸੀਂ ਅਜੇ ਮੈਂਟਲੀ ਜਿਹੜਾ ਸਾਡਾ ਬ੍ਰੇਨ ਹੈਗਾ ਇੰਨਾ 100% ਫੁੱਲੀ ਅਜੇ ਡਿਵੈਲਪ ਨਹੀਂ ਹੋਇਆ ਹੁੰਦਾ, ਕਿਉਂਕਿ ਡਿਵੈਲਪ 20-21 ਸਾਲ ਤੱਕ ਹੁੰਦਾ ਰਹਿੰਦਾ ਹੈ, ਅਤੇ ਉਹ ਫੁੱਲੀ ਡਿਵੈਲਪ ਨਾ ਹੋਣ ਕਰਕੇ ਕਈਆਂ ਬੰਦਿਆਂ ਦੇ ਝਾਂਸਿਆਂ ਵਿੱਚ ਆ ਜਾਂਦੇ ਹੈਗੇ ਬੱਚੇ ਉਹ, ਅਤੇ ਉਹ ਜਿਹੜੇ ਹੈਗੇ ਗਲਤ ਮਲਤ ਰਾਹਾਂ 'ਤੇ ਵੀ ਚਲੇ ਜਾਂਦੇ ਹੈ, ਉਹ ਗਲਤ ਮਲਤ ਰਾਹਾਂ 'ਤੇ ਚਲੇ ਜਾਂਦੇ ਹੈਗੇ ਬੱਚੇ, ਫਿਰ ਬਾਅਦ ਵਿੱਚ ਉਹ ਪਛਤਾਉਂਦੇ ਆ, ਅਤੇ ਪਿੱਛੇ ਯਾਨੀ ਕਿ ਜੋ ਮਾਂ ਬਾਪ ਨਾਲ ਬੀਤਦੀ ਹੈ। ਮੈਨੂੰ ਇੱਕ ਕੇਸ ਯਾਨੀ ਕਿ ਯਾਦ ਆ ਰਿਹਾ ਹੈਗਾ ਜਿਹਦੇ ਬਾਰੇ ਮੈਂ ਉਸ ਆਰਟੀਕਲ ਵਿੱਚ ਥੋੜ੍ਹਾ ਜ਼ਿਕਰ ਕੀਤਾ ਸੀਗਾ, ਜਦੋਂ ਮੈਂ ਸੋਸ਼ਲ ਵਰਕ ਬਣ ਕੇ ਇੱਥੇ ਮਿਡਲੈਂਡ ਦੇ ਵਿੱਚ ਇੱਕ ਸ਼ਹਿਰ ਵਿੱਚ ਯਾਨੀ ਕਿ ਇੱਥੇ ਜਦੋਂ ਕੰਮ ਕਰਨ ਲੱਗਾ, ਅਤੇ ਉਹ ਯਾਨੀ ਕਿ ਲੋਕ ਉਹ ਮੈਨੂੰ ਜਾਣਦੇ ਸੀ, ਅਤੇ ਉਹਨਾਂ ਨੂੰ ਪਤਾ ਲੱਗਾ ਲਿਆ ਵੀ ਹਾਂ ਵੀ ਤੂੰ ਵੀ ਸੋਸ਼ਲ ਵਰਕ ਦਾ ਕੰਮ ਕਰਦਾ ਹੈਗਾ, ਅਤੇ ਮੇਰੇ ਕੋਲ ਇੱਕ ਦਿਨ ਐਕਚੁਅਲ ਜਿਹੜੀ ਜਿਹਨੂੰ ਅਸੀਂ ਰਿਸ਼ਤਾ ਯਾਨੀ ਕਿ ਸਾਡਾ ਯਾਨੀ ਕਿ ਦੂਰੋਂ ਪਾਰੋਂ ਸੀਗਾ, ਅਤੇ ਉਹਨੂੰ ਅਸੀਂ ਭੂਆ ਜੀ ਕਹਿੰਦੇ ਸੀ, ਅਤੇ ਉਹ ਮੈਨੂੰ ਕਹਿੰਦੀ ਲੈ ਵੀ ਤੇਰਾ ਪਤਾ ਲੱਗਾ ਲਿਆ ਵੀ ਤੂੰ ਸੋਸ਼ਲ ਵਰਕ ਬਣਿਆ ਆ, ਕਹਿੰਦੀ ਲੈ ਮੇਰੀ ਕੁੜੀ ਨੂੰ ਗਈ ਨੂੰ ਹੁਣ 7 ਸਾਲ ਹੋ ਗਏ ਆ, ਬਈ ਹਜੇ ਉਹਦਾ ਮੈਨੂੰ ਕੋਈ ਉਗ ਸੁੱਗ ਨਹੀਂ ਮਿਲੀ ਹੈ, ਬਈ ਤੂੰ ਸੋਸ਼ਲ ਵਰਕ ਬਣਿਆ ਤੂੰ ਕੁੜੀ ਦਾ ਮੇਰੀ ਦਾ ਪਤਾ ਤਾਂ ਲਾ। ਉਹ ਔਰਤ ਯਾਨੀ ਕਿ ਮੇਰੇ ਸਾਹਮਣੇ ਰੋ ਪਈ, ਅਤੇ ਮੈਂ ਵੀ ਯਾਨੀ ਕਿ ਬਾਅਦ ਵਿੱਚ ਜਿਹੜਾ ਹੈਗਾ ਉੱਥੋਂ ਜੋ ਚਲ ਗਿਆ, ਅਤੇ ਮੇਰੇ ਤੋਂ ਬੋਲ ਨਹੀਂ ਹੋਇਆ, ਮੈਂ ਯਾਨੀ ਕਿ ਬੜੀ ਦੇਰ ਉਹ ਆਪਣੇ ਆਪ ਨੂੰ ਕੰਪੋਜ਼ ਕੀਤਾ ਕਿਸੇ ਨਾ ਕਿਸੇ ਤਰ੍ਹਾਂ ਲੈ ਵੀ ਮੈਂ ਜਿਹੜਾ ਹੈਗਾ ਕੰਟਰੋਲ ਕਰਾਂ, ਪਰ ਉਹ ਜਿਹੜਾ ਸੱਲ ਹੈ ਉਹਦੀ ਹਜੇ ਵੀ ਯਾਨੀ ਕਿ ਆਸ ਹੈ ਲੈ ਵੀ ਇਹ ਬੰਦਾ ਮੇਰਾ ਆਪਣਾ ਹੈਗਾ, ਸ਼ਾਇਦ ਦੇ ਵੀ ਕੁੜੀ ਨੂੰ ਇਹ ਵਾਪਸ ਲੈ ਆਵੇ ਕਿਸ ਤਰ੍ਹਾਂ, ਵੀ ਪਤਾ ਨਹੀਂ ਕਿੱਥੇ ਹੈ, ਮਰ ਗਿਆ ਤਾਂ ਮੌਕੇ ਦਾ ਤਾਂ ਕੋਈ ਆਸ ਨਹੀਂ ਹੁੰਦੀ, ਪਰ ਚਲੇ ਜਾਏ ਉਹਦੀ ਉਹਦੀ ਯਾਨੀ ਕਿ ਜਿਹੜੀ ਦੇਖੋ ਉਹ ਜਿਹੜੀ ਉਹਦੀ ਆਸ ਹੈ ਉਹ ਕਹਿੰਦੀ ਲੈ ਮੈਂ ਰਾਤ ਨੂੰ ਜਿਉਂਦੀ ਗਈ ਆ, ਅਜੇ ਤੱਕ ਨਹੀਂ ਸੁੱਤੀ ਨਹੀਂ ਮੈਂ ਕਦੀ ਵੀ, ਹਜੇ ਵੀ ਕਹਿੰਦੀ ਯਾਨੀ ਕਿ ਜਿਹੜਾ ਹੈਗਾ ਮੈਨੂੰ ਰੋਜ਼ ਆਸ ਰਹਿੰਦੀ ਆ, ਜਦੋਂ ਟੈਲੀਫੋਨ ਖੜਕਦਾ ਵੀ ਪਤਾ ਨਹੀਂ ਖਰੇ ਮੇਰੀ ਕੁੜੀ ਦਾ ਹੀ ਆ ਟੈਲੀਫੋਨ ਇਹ। ਸੋ ਇਸ ਕਰਕੇ ਜਿਹੜੀ ਇਹ ਜਿਹੜੀ ਇਹ ਫੀਲਿੰਗਸ ਹੈਗੀਆਂ ਆ, ਇਹ ਬੰਦਾ ਉਹੋ ਹੀ ਜਾਣਦਾ ਜਿਹੜਾ ਕਿ ਇਸ ਫੀਲਿੰਗ ਦੇ ਵਿੱਚੋਂ ਨਿਕਲਿਆ ਹੋਵੇ। ਇੱਕ ਹਰੀ ਜੀ, ਇੱਕ ਹੋਰ ਬੜਾ ਤੁਸੀਂ ਰੋਜ਼ ਮੀਡੀਆ 'ਚ ਪੜ੍ਹਦੇ ਹੋ, ਸੁਣਦੇ ਹੋ, ਦੇਖਦੇ ਹੋ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ, ਇਸ ਕਰਕੇ ਦੁਨੀਆ ਦੀ ਹਰ ਗੱਲ ਤੁਹਾਨੂੰ ਪਤਾ ਲੱਗ ਜਾਂਦਾ ਬੜੀ ਛੇਤੀ। ਅਕਸਰ ਦੇਖਿਆ ਗਿਆ ਕਿ ਕੋਈ ਕਹਿੰਦਾ ਜੀ ਕਿਸੇ ਨੇ ਆਤਮ ਹੱਤਿਆ ਕਰ ਲਈ, ਹਾਂਜੀ, ਕੋਈ ਕਹਿੰਦਾ ਜੀ ਕਿਸੇ ਨੇ ਜ਼ਹਿਰ ਖਾ ਲਈ, ਕਿਸੇ ਨੇ ਦਵਾਈ ਖਾ ਲਈ, ਕਿਸੇ ਨੇ ਨਸ਼ਾ ਜ਼ਿਆਦਾ ਪੀ ਲਿਆ, ਕਿਸੇ ਨੇ ਦਰਿਆ 'ਚ ਛਾਲ ਮਾਰ ਦਿੱਤੀ, ਕਿਸੇ ਨੇ ਉੱਤੇ ਚੜ੍ਹ ਕੇ ਕੋਠੇ ਤੋਂ ਛਾਲ ਮਾਰ ਦਿੱਤੀ, ਕਿਸੇ ਨੇ ਫਾਹਾ ਲੈ ਲਿਆ, ਵਗੈਰਾ ਵਗੈਰਾ ਬਹੁਤ ਸਾਰੀਆਂ ਗੱਲਾਂ ਚੱਲੀਆਂ। ਔਰ ਉਹ ਜਿਹੜਾ ਬੰਦਾ ਇਹ ਕਰਦਾ ਆ, ਉਹ ਇਸ ਹੱਦ ਤੱਕ ਪਹੁੰਚ ਜਾਂਦਾ ਜਿੱਦਾਂ ਤੁਸੀਂ ਦੱਸਿਆ ਕਿ ਉਹਨੂੰ ਇਹ ਅਹਿਸਾਸ ਹੋਣ ਲੱਗ ਪੈਂਦਾ ਲਗਾਤਾਰ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ, ਮੇਰਾ ਦੁਨੀਆਂ 'ਚ ਜੀਣਾ ਵਧੀਆ ਨਹੀਂ ਹੈ। ਪਰ ਉਹ ਪਿਛਲੇ ਜਿਹੜੇ ਬੰਦੇ ਨੇ ਉਹ ਕਿੱਦਾਂ ਸਫ਼ਰ ਕਰਦੇ ਨੇ, ਉਹਦਾ ਤਜਰਬਾ ਤੁਹਾਡਾ? ਜਿਹੜੀ ਤੁਸੀਂ ਸੁਸਾਈਡ ਬਾਰੇ ਗੱਲ ਕੀਤੀ ਹੈ ਨਾ, ਆਤਮ ਹੱਤਿਆ ਬਾਰੇ, ਇਹਦੇ ਬਾਰੇ ਕਿਤੇ ਫਿਰ ਇਕੱਲਾ ਯਾਨੀ ਕਿ ਪੂਰਾ ਘੰਟਾ ਲਵਾਂਗੇ, ਯਾਨੀ ਕਿ ਉਹ ਵੀ ਜਿਹੜਾ ਹੈਗਾ ਉਹ 'ਤੇ ਮੈਂ ਇੱਕ ਬਹੁਤ ਜ਼ਬਰਦਸਤ ਆਰਟੀਕਲ ਲਿਖਿਆ ਹੈਗਾ। ਪਰ ਜਿਹੜੀ ਆਹ ਗੱਲ ਹੈਗੀ ਹੈ ਨਾ, ਉਹਨਾਂ ਦਾ ਕੋਪਿੰਗ ਮੈਕਨਿਜ਼ਮ ਹੈਗਾ, ਉਹਨਾਂ ਨੂੰ ਯਾਨੀ ਕਿ ਜਦੋਂ ਦੇਖਦੇ ਹੈਗੇ ਬਾਹਰ ਵਿਚਰਦੇ ਹੈਗੇ, ਉਹ ਜਿੱਦਾਂ ਦੀਵਾ ਬੁਝਿਆ ਹੁੰਦਾ ਨਾ, ਉਹ ਬੁਝੇ ਉਹ ਲਾਸ਼ਾਂ ਇੱਕ ਕਿਸਮ ਦੀਆਂ ਤੁਰੀਆਂ ਫਿਰਦੀਆਂ ਹੈਗੀਆਂ, ਜਿਹਨਾਂ ਵਿੱਚ ਯਾਨੀ ਕਿ ਸਾਹ ਆ ਰਿਹਾ ਹੈਗਾ ਉਹਨਾਂ ਨੂੰ, ਪਰ ਉਹਨਾਂ ਵਿੱਚ ਕੋਈ ਅਹਿਸਾਸ ਨਹੀਂ ਹੈ, ਅਤੇ ਉਹਨਾਂ ਲਈ ਜਿਹੜਾ ਜੀਣਾ ਹੈਗਾ ਬਹੁਤ ਹੀ ਔਖਾ ਹੈ। ਉਹ ਆਪਣੇ ਆਪ ਨੂੰ ਸਮਝ ਲਿਆ ਵੀ ਮੈਂ ਸ਼ਾਇਦ ਕੋਈ ਗਲਤ ਕੰਮ ਕਰਤਾ ਹੈਗਾ, ਉਹ ਜਿਹੜੀ ਗਿਲਟੀ ਫੀਲਿੰਗ ਹੈ ਉਹਨਾਂ ਨੂੰ ਅੰਦਰੋਂ ਅੰਦਰੀ ਖਾਂਦੀ ਆ, ਉਹਨਾਂ ਲੋਕਾਂ ਨੂੰ ਅੰਦਰੋਂ ਅੰਦਰੀ ਖਾਂਦੀ ਹੈ, ਉਹਨਾਂ ਨੂੰ ਲੱਗਦਾ ਲੈ ਮੈਂ ਹੋਰ ਕੀ ਕਰਾਂ, ਵੀ ਕਿੱਥੇ ਜਾਵਾਂ, ਫਿਰ ਉਹ ਕਦੀ ਕੋਈ ਦਰਵਾਜ਼ਾ ਯਾਨੀ ਕਿ ਜਿਹੜਾ ਹੈਗਾ ਖੜਕਾਉਂਦੇ ਜਾ ਕੇ ਕੋਈ ਕਿਤੇ ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਹੈਗਾ, ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਯਾਨੀ ਕਿ ਉਗ ਸਗ ਉਸ ਬੰਦੇ ਦੀ ਮਿਲ ਸਕੇ, ਉਸ ਬੱਚੇ ਦੀ ਮਿਲ ਸਕੇ, ਉਸ ਬੱਚੀ ਦੀ ਮਿਲ ਸਕੇ, ਜਾਂ ਯਾਨੀ ਕਿ ਹੋਰ ਤੁਹਾਡਾ ਕੋਈ ਮਿੱਤਰ ਪਿਆਰਾ ਯਾਨੀ ਕਿ ਜਿਹੜਾ ਤੁਹਾਨੂੰ ਛੱਡ ਕੇ ਚਲ ਗਿਆ ਹੈਗਾ, ਉਹ ਜਿੱਦਾਂ ਤੁਸੀਂ ਇਹ ਗੱਲ ਕੀਤੀ ਆ, ਜਦੋਂ ਸਾਡੇ ਕੋਲ ਕੋਈ ਡੈਥ ਕਿਸੇ ਦੀ ਹੋ ਜਾਂਦੀ ਹੈ, ਚਾਹੇ ਸਾਡੇ ਮਾਂ ਬਾਪ ਦੀ ਡੈਥ ਹੋ ਜਾਂਦੀ ਹੈ, ਚਾਹੇ ਯਾਨੀ ਕਿ ਸਾਡੇ ਭੈਣ ਭਾਈ ਦੀ ਡੈਥ ਹੋਈ, ਚਾਹੇ ਤੁਹਾਡੀ ਵਾਈਫ ਦੀ ਡੈਥ ਹੋ ਜਾਂਦੀ ਜਿਹਨੂੰ ਤੁਸੀਂ ਪਿਆਰ ਕਰਦੇ ਹੈਗੇ ਆ, ਜਾਂ ਤੁਹਾਡੇ ਬੱਚੇ ਦੀ ਡੈਥ ਹੋ ਜਾਂਦੀ ਹੈ, ਉਹ ਸਾਨੂੰ ਥੋੜ੍ਹੀ ਪਹਿਲਾਂ ਯਾਨੀ ਕਿ ਸਭ ਤੋਂ ਪਹਿਲਾਂ ਇਹ ਹੁੰਦਾ ਜਿਹੜਾ ਸਾਈਕੋਲੋਜੀਕਲੀ ਇਹ ਹੁੰਦਾ ਵੀ ਅਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਵੀ ਨਹੀਂ ਇਹ ਇੱਦਾਂ ਨਹੀਂ ਹੋ ਸਕਦਾ। ਯਾਨੀ ਕਿ ਤੁਹਾਨੂੰ ਮੈਂ ਉਹਦੀ ਐਗਜ਼ਾਮਪਲ ਦਿੰਦਾ ਹੈਗਾ, ਮੈਂ ਇੱਥੇ 73 ਵਿੱਚ 1973 ਵਿੱਚ ਯਾਨੀ ਕਿ ਇੱਥੇ ਆਇਆ, ਮਾਰਚ ਦੇ ਅਖੀਰ ਜਿਹਾ ਵਿੱਚ ਮੈਂ ਇੱਥੇ ਪਹੁੰਚਿਆ ਸੀ, ਅਤੇ ਮੇਰੇ ਫਾਦਰ ਸਾਹਿਬ ਦੀ ਡੈਥ ਜਿਹੜੀ ਹੈਗੀ ਆ ਉਹ ਮਈ ਦੇ 1 ਤਰੀਕ ਨੂੰ ਯਾਨੀ ਕਿ ਉਹਨਾਂ ਦੀ ਡੈਥ ਹੋਈ ਨਹੀਂ ਮਹੀਨੇ ਕੁ ਬਾਅਦ ਹੀ। ਮੈਂ ਜਦੋਂ ਹਿੰਦੁਸਤਾਨ ਵਾਪਸ ਗਿਆ ਹਾਂ, 78-79 ਦੀ ਗੱਲ ਮੈਂ ਕਰ ਰਿਹਾ ਹੈਗਾ, ਜਦੋਂ ਮੈਂ ਉਦੋਂ 77 ਸ਼ਾਇਦ ਇਹਨਾਂ ਸਾਲਾਂ ਵਿੱਚ ਮੈਂ ਗਿਆ, ਜਦੋਂ ਮੈਂ ਪਹਿਲੀ ਵਾਰੀ ਗਿਆ, ਦੇਖੋ ਮੈਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ, ਮੈਂ ਰੈਸ਼ਨਲ ਮਾਇੰਡ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਘਰ ਦਾ
ਮੇਰੇ ਮਨ ਨੇ ਮੇਰੇ ਮੇਰੇ ਮਨ ਨੂੰ ਐਕਸੈਪਟੈਂਸ ਨਹੀਂ ਹੋਈ ਬਈ ਮੇਰੇ ਡੈਡੀ ਹੀ ਹੈਜ਼ਨ ਵੇਅਰ ਇਜ਼ ਗੋਨ ਬਈ ਇਹ ਲੋਕ ਮੈਨੂੰ ਮੇਰੇ ਭੈਣ ਭਰਾ ਮੇਰੀ ਮਾਂ ਇਨਕੇ ਸਾਰਾ ਜਿੰਨਾ ਵੀ ਇਹ ਜਹਾਨ ਬਾਕੀ ਦਾ ਹੈਗਾ ਇਹ ਝੂਠ ਬੋਲ ਰਿਹਾ ਉਹ ਵੀ ਉਹ ਬੰਦਾ ਗਿਆ ਕਿੱਥੇ ਉਹ ਜਿਨ ਕਿਹੜਾ ਤੁਹਾਡਾ ਮਨ ਹੈਗਾ ਚਾਹੇ ਤੁਸੀਂ ਉਹ ਰੈਸ਼ਨਲ ਬੰਦੇ ਹੈਗੇ ਆ ਫਿਰ ਵੀ ਤੁਹਾਡਾ ਮਨ ਉਸ ਨੂੰ ਮੰਨਦਾ ਨਹੀਂ ਹੈ ਤੁਸੀਂ ਆਪਣੇ ਮਨ ਦੀ ਤਸੱਲੀ ਕਰਦੇ ਹਾਂ ਨਾਲ ਹੀ ਤੁਹਾਨੂੰ ਮੈਂ ਇੱਕ ਹੋਰ ਆਪਣੀ ਪਰਸਨਲ ਐਗਜ਼ਾਮਪਲ ਦੱਸਦਾ ਸਾਡੇ ਮਾਤਾ ਜੀ ਇੱਥੇ ਸੀਗੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਅਸੀਂ ਜਿਹੜਾ ਹੈਗਾ ਅੰਤਿਮ ਸੰਸਕਾਰ ਜਾਨ ਕਿ ਵਿਦਾਇਗੀ ਦੇ ਕੇ ਸਤਿਕਾਰ ਜਿਹੜਾ ਅਸੀਂ ਸਾਰਾ ਕੁਛ ਕਰਕੇ ਆਏ ਇੱਥੇ ਮਹੀਨੇ ਬਾਅਦ ਜਾਨ ਕਿ ਮੈਂ ਕੰਮ ਤੋਂ ਵਾਪਸ ਆ ਰਿਹਾ ਹੈਗਾ ਗਰਮੀਆਂ ਦਿਨ ਉਹ ਅਤੇ ਮੈਂ ਦੇਖਿਆ ਰਿਹਾ ਵੀ ਮਾਤਾ ਜੀ ਵਰਗੇ ਜਾਨ ਕਿ ਉੱਥੇ ਕੋਈ ਇੱਕ ਬੈਠਾ ਹੈ ਜਾਨ ਕਿ ਮੇਰੇ ਜਾਨ ਕਿ ਘਰ ਦੇ ਕੋਲ ਹੀ ਉੱਥੇ ਬਾਹਰ ਗਰਮੀਆਂ ਦਿਨ ਸੀਗੇ ਵੀ ਉੱਥੇ ਬਾਹਰ ਜਿਹੜਾ ਆਪਣੀ ਬੰਨੀ ਜੀ ਬਣੀ ਹੈ ਉੱਥੇ ਨਾ ਕੋਈ ਬੈਠੀ ਹੈ ਉੱਦਾਂ ਹੀ ਉਸ ਔਰਤ ਨੇ ਜਿਹੜੀ ਚਿੱਠੀ ਚੁਣੀ ਲਈ ਆ ਅਤੇ ਬੈਠੀ ਹੈ ਮੈਂ ਗੁਰੂ ਜੀ ਜਾਨ ਕਿ 200 ਗਜ਼ ਪਿੱਛੇ ਜਾਨ ਕਿ ਗੱਡੀ ਆਪਣੀ ਖੜੀ ਕੀਤੀ ਪਾਰਕ ਜਦੋਂ ਕਿ ਪਤਾ ਹੈ ਮੇਰੇ ਮਨ ਨੂੰ ਪਤਾ ਰੈਸ਼ਨਲ ਬੰਦਾ ਮੈਂ ਹੈਗਾ ਮੈਂ ਜਾ ਕੇ ਕੋਲ ਔਰਤ ਦੇ ਉਸ ਔਰਤ ਦੇ ਕੋਲ ਗਿਆ ਜਾ ਕੇ ਚੰਗੀ ਤਰ੍ਹਾਂ ਸ਼ਕਲ ਦੇਖ ਕੇ ਵਾਪਸ ਆਇਆ ਫਿਰ ਮੈਂ ਕਾਰ ਚਲਾਈ ਮੇਰਾ ਮਤਲਬ ਤੁਹਾਡਾ ਮਨ ਯਾਨੀ ਕਿ ਮੰਨਦਾ ਨਹੀਂ ਹੈ ਇਹ ਜਿਹੜਾ ਜਿਹੜੇ ਬੰਦੇ ਚਲੇ ਜਾਂਦੇ ਹੈਗੇ ਤੁਹਾਡੇ ਤੋਂ ਰੁਸ ਕੇ ਚਲੇ ਜਾਂਦੇ ਹੈਗੇ ਆ ਉਹਨਾਂ ਦੀ ਜਿਹੜੀ ਆਸ ਹੈਗੀ ਆ ਉਹ ਤੁਹਾਨੂੰ ਹਰ ਸੈਕਿੰਡ ਹਰ ਮਿੰਟ ਬਾਅਦ ਹਰ ਯਾਨੀ ਕਿ ਪਲ ਜਿਹੜੀ ਹੈਗੀ ਤੁਹਾਨੂੰ ਆਸ ਫਿਰ ਬਣੀ ਰਹਿੰਦੀ ਆ ਵੀ ਕਿਸੇ ਨਾ ਕਿਸ ਤਰ੍ਹਾਂ ਖਰੇ ਯਾਨੀ ਕਿ ਹੁਣ ਵੀ ਮੈਨੂੰ ਕੋਈ ਸੁਨੇਹਾ ਲੱਗ ਜਿੱਦਾਂ ਕਹਿੰਦੇ ਹੈ ਨਾ ਆਪਾਂ ਨੂੰ ਬਈ ਕਾਂ ਤੋਂ ਪਤਾ ਨਹੀਂ ਖਰੇ ਸਾਨੂੰ ਸੁਨੇਹਾ ਆਉਣਾ ਹੈਗਾ ਇੱਕ ਆਪਣੀ ਪੰਜਾਬੀ ਬੜਾ ਸੋਹਣਾ ਬੋਲ ਹੈਗਾ ਉਹ ਕਹਿੰਦਾ ਚਾਹੇ ਬੋਲ ਅਤੇ ਚਾਹੇ ਨਾ ਬੋਲ ਪਰ ਰਹਿ ਅੱਖੀਆਂ ਦੇ ਕੋਲ ਯਾਨੀ ਕਿ ਉਹ ਜਿਹੜਾ ਅਹਿਸਾਸ ਹੈਗਾ ਹੈ ਨਾ ਵੀ ਘੱਟੋ ਘੱਟ ਮੈਨੂੰ ਦਿਸਦਾ ਤਾਂ ਹੈ ਬਿਲਕੁਲ ਅਤੇ ਉਹ ਜਦੋਂ ਬੰਦੇ ਨੂੰ ਦਿਸਣੋਂ ਹਟ ਜਾਂਦਾ ਹੈਗਾ ਵੀ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੈਗੇ ਆ ਉਹ ਜਿਹੜਾ ਸੱਲ ਹੈਗਾ ਹੈ ਨਾ ਉਹ ਜਿਹੜਾ ਜ਼ਖਮ ਹੈਗਾ ਬਹੁਤ ਡੂੰਘੇ ਹੈ ਉਹਨਾਂ ਦਾ ਕੋਈ ਪਾਰਤਰਾ ਨਹੀਂ ਹੈ ਅਤੇ ਕੋਪਿੰਗ ਮੈਕਨਿਜ਼ਮ ਇਹੀ ਹੈਗਾ ਕਈ ਵਾਰੀ ਤਾਂ ਜਿਹੜੇ ਲੋਕ ਹੈਗੇ ਆ ਉਹ ਫਿਰ ਪੁੱਛਾਂ ਪਾਉਣ ਵੀ ਚੱਲ ਜਾਂਦੇ ਹੈ ਕਈ ਸਾਧਾ ਕੋਲ ਚੱਲ ਜਾਂਦੇ ਹੈ ਬਿਲਕੁਲ ਮੈਂ ਇਹੀ ਗੱਲ ਕਰਨ ਲੱਗਿਆ ਹਾਂਜੀ ਡਾਕਟਰ ਜੀ ਬਈ ਅਕਸਰ ਸਾਡਾ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਤੁਸੀਂ ਸਾਰਾ ਕੁਝ ਜਾਣਦੇ ਹੋਏ ਵੀ ਸਾਰਾ ਤੁਹਾਨੂੰ ਪਤਾ ਵੀ ਆ ਫਿਰ ਵੀ ਤੁਸੀਂ ਉੱਥੇ ਜਾ ਕੇ ਫਿਰ ਵਾਪਸ ਆ ਕੇ ਆਪਣੀ ਕਾਰ 'ਚ ਬੈਠੇ ਦੇਖ ਕੇ ਸਾਰਾ ਕੁਛ ਤੁਹਾਡੇ ਆਪਣੇ ਫਾਦਰ ਸਾਹਿਬ ਦੀ ਤੁਸੀਂ ਆਪਣੀ ਐਗਜ਼ਾਮਪਲ ਦਿੱਤੀ ਆ ਉੱਥੇ ਵੀ ਤੁਸੀਂ ਜਾ ਕੇ ਦੇਖਿਆ ਨਹੀਂ ਪਤਾ ਲੱਗਿਆ ਫਿਰ ਵੀ ਤੁਸੀਂ ਤੁਹਾਡੇ ਮਨ ਨੇ ਪਹਿਲਾਂ ਕੁਛ ਸਮਾਂ ਉਹ ਇਸ ਗੱਲ ਨੂੰ ਕਬੂਲਿਆ ਹੀ ਨਹੀਂ ਹਾਂਜੀ ਕਿ ਇਹ ਗੱਲ ਵੀ ਹੋ ਸਕਦੀ ਹੈ ਹਾਲਾਂਕਿ ਤੁਹਾਨੂੰ ਪਤਾ ਸਾਰਾ ਬਿਲਕੁਲ ਜੀ ਬਿਲਕੁਲ ਅੱਛਾ ਇੱਕ ਜਿਹੜੇ ਇੱਕ ਹੋਰ ਤਰ੍ਹਾਂ ਦੇ ਬੰਦੇ ਵੀ ਆ ਜਿਹੜੇ ਸਾਡੇ ਜਿਹੜੇ ਇਸ ਤਰੀਕੇ ਨਾਲ ਨਹੀਂ ਸੋਚਦੇ ਪਰ ਉਹ ਫਿਰ ਕਈ ਵਾਰੀ ਸਾਡੇ ਵਹਿਮਾਂ ਭਰਮਾਂ ਦੇ ਸ਼ਿਕਾਰ ਬਣ ਜਾਂਦੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਜੇਬ ਵਿੱਚ ਉਹ ਗੱਲ ਬੈਠੀ ਹੁੰਦੀ ਆ ਉਹਨੂੰ ਕੱਢ ਨਹੀਂ ਪਾ ਰਹੇ ਇਸ ਕਰਕੇ ਉਹ ਉਹਨਾਂ ਨੂੰ ਰਾਤ ਨੂੰ ਕਈ ਵਾਰੀ ਯਾਦ ਵੀ ਆ ਸਕਦੀ ਆ ਦਿਨ ਨੂੰ ਵੀ ਯਾਦ ਆ ਸਕਦੀ ਆ ਕਿਉਂਕਿ ਉਹ ਨਾਤਾ ਜੋ ਐਸਾ ਹੈ ਪਰ ਫਿਰ ਉਹ ਕਈ ਵਾਰੀ ਬਾਬਿਆਂ ਦੇ ਚੁੰਗਲ 'ਚ ਫਸ ਜਾਂਦੇ ਆ ਕਿਸੇ ਕਈ ਵਾਰੀ ਉਹ ਇਹਨਾਂ ਬੰਦਿਆਂ ਦੇ ਚੁੰਗਲ 'ਚ ਫਸ ਜਾਂਦੇ ਆ ਜਿਹੜੇ ਬੰਦੇ ਉਹਨਾਂ ਨੂੰ ਲੁੱਟਦੇ ਆ ਦੇਖੋ ਜਿਹੜੀ ਜਦੋਂ ਬੰਦੇ ਦਾ ਮਨੋਬਲ ਬਹੁਤ ਥੱਲੇ ਡਿੱਗਿਆ ਹੋ ਗਿਆ ਨਾ ਜਿਹਨੂੰ ਆਪਾਂ ਸੈਲਫ ਸਟੀਮ ਕਹਿੰਦੇ ਹੈਗੇ ਹਾਂ ਜਦੋਂ ਸੀ ਇਹ ਕਰੋ ਲੈ ਵੀ ਉਹਨਾਂ ਦਾ ਕੰਫੀਡੈਂਸ ਜਾਂਦਾ ਲੱਗਦਾ ਹੈਗਾ ਉਦੋਂ ਬੰਦਾ ਯਾਨੀ ਕਿ ਕਾਫੀ ਢੇਂਦੀਆਂ ਕਲਾਂ ਵਿੱਚ ਹੁੰਦਾ ਜਦੋਂ ਜਿੰਨਾ ਇਹ ਵਾਰਦਾਤ ਹੋਈ ਹੋਵੇ ਜਿੰਨਾ ਇਹ ਘਟਨਾ ਵਾਪਰੀ ਹੋਵੇ ਉਹ ਬਹੁਤ ਯਾਨੀ ਕਿ ਵਲਨੇਬਲ ਅੰਗਰੇਜ਼ੀ ਵਿੱਚ ਕਹਿੰਦੇ ਹੈ ਬਈ ਉਹ ਛੇਤੀ ਕਿਤੇ ਉਹਨੂੰ ਤੁਸੀਂ ਭਰਮਾਇਆ ਜਾ ਸਕਦਾ ਹੈਗਾ ਤੁਸੀਂ ਉਹਨੂੰ ਛੇਤੀ ਕਿਤੇ ਕਿਸੇ ਚੁੰਗਲ 'ਚ ਫਸਾ ਸਕਦੇ ਹਾਂ ਉਹਨਾਂ ਕੋਲ ਕਿਰਨ ਦੀ ਆਸ ਕੋਈ ਹੋਰ ਦੱਸਦੀ ਨਹੀਂ ਹੈ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮੇਰਾ ਇਹ ਬਾਬਾ ਯਾਨੀ ਕਿਹੜਾ ਸਾਧ ਹੈਗਾ ਜਾਂ ਇਹ ਜੋਤਸ਼ੀ ਹੈਗਾ ਜਾਂ ਕੋਈ ਹੋਰ ਹੈਗਾ ਬਈ ਉਹ ਜਿਹੜਾ ਹੈਗਾ ਸ਼ਾਇਦ ਮੈਨੂੰ ਯਾਨੀ ਕਿ ਪਤਾ ਲੱਗ ਕਿਉਂਕਿ ਉਸ ਵਰਤਾਰੇ ਦੇ ਵਿੱਚੋਂ ਅਸੀਂ ਆਪਣੇ ਰੀਤੀ ਰਿਵਾਜ਼ਾਂ ਵਿੱਚੋਂ ਉਸ ਸਮਾਜ ਵਿੱਚ ਜੰਮੇ ਪਲੇ ਹੈ ਸਾਨੂੰ ਯਾਨੀ ਕਿ ਉਸੇ ਰਾਹ ਦਾ ਪਤਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਇੱਥੇ ਵੀ ਯਾਨੀ ਕਿਹੜਾ ਫ੍ਰੀ ਨੰਬਰ ਹੈਗਾ ਜਿੱਥੇ ਤੁਸੀਂ ਸੰਪਰਕ ਜਿੱਦਾਂ ਇਹ ਇਹਨਾਂ ਮੁਲਕਾਂ ਵਿੱਚ 0500 ਯਾਨੀ ਕਿ 700-700 ਨੰਬਰ ਹੈ ਯਾਨੀ ਕਿ ਜਿੱਥੇ ਤੁਸੀਂ ਫ੍ਰੀ ਉਹ ਹੈਗੇ 0500-700-700 ਵੀ ਇਹ ਫ੍ਰੀ ਨੰਬਰ ਹੈਗਾ ਜੇ ਕੋਈ ਗੁਆਚਾ ਹੋਵੇ ਤੁਸੀਂ ਉਹਦੀ ਯਾਨੀ ਕਿ ਨਾ ਉੱਥੇ ਰਿਪੋਰਟ ਕਰ ਸਕਦੇ ਆ ਜੀ ਪਰ ਉਹਨਾਂ ਕੋਲ ਵਿਚਾਰਿਆਂ ਕੋਲ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੈ ਪਹਿਲੀ ਗੱਲ ਜਿਹੜੀ ਤੁਸੀਂ ਗੱਲ ਸੀ ਕੀਤੀ ਇਹ ਪਹਿਲਾਂ ਤਾਂ ਬੰਦਾ ਦੱਸਦਾ ਹੀ ਨਹੀਂ ਹੈ ਕਿਸੇ ਨੂੰ ਬਿਲਕੁਲ ਵੀ ਯਾਨੀ ਕਿ ਮੇਰੀ ਬੇਇੱਜ਼ਤੀ ਹੋਊਗੀ ਯਾਰ ਇਹ ਲੋਕ ਮੇਰਾ ਕਿਤੇ ਮਜ਼ਾਕ ਨਾ ਉਡਾਉਣ ਇਹ ਨਾਲੇ ਇਹ ਵੀ ਹੁੰਦਾ ਬੰਦਾ ਇਹ ਮਹਿਸੂਸ ਕਰ ਲਿਆ ਵੀ ਦੇਰ ਵਾਜ਼ ਸਮਥਿੰਗ ਰੋਂਗ ਵਿਦ ਮੀ ਅਤੇ ਉਹ ਯਾਨੀ ਕਿ ਜਿਹੜੀ ਆਪਣੀ ਵੀਕਨੈਸ ਨੂੰ ਛੁਪਾਉਣ ਦੇ ਲਈ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ ਬਿਲਕੁਲ ਠੀਕ ਹੈ ਅਤੇ ਖਾਸ ਕਰਕੇ ਰਿਸ਼ਤੇਦਾਰਾਂ ਕੋਲ ਜੇ ਜਿਹੜਾ ਤੁਹਾਡੇ ਕਲੋਜ਼ ਰਿਸ਼ਤੇਦਾਰ ਹੈਗੇ ਆ ਉਹ ਤਾਂ ਕੋਈ ਨਾ ਕੋਈ ਤੁਹਾਡਾ ਯਾਨੀ ਕਿ ਬਹਾਨਾ ਲੱਭਦੇ ਇਹਦੀ ਕੋਈ ਵੀਕਨੈਸ ਸਾਨੂੰ ਲੱਭੇ ਅਤੇ ਇਹਦਾ ਅਸੀਂ ਮਖੌਲਾ ਉਡਾਈਏ ਇਹਨੂੰ ਯਾਨੀ ਕਿ ਵੱਧ ਤੋਂ ਵੱਧ ਦੁੱਖ ਦਿੱਤਾ ਜਾ ਸਕੇ ਉਹ ਤੁਹਾਡੀ ਯਾਨੀ ਕਿ ਦੁੱਖ ਦੀ ਰਗ 'ਤੇ ਜਾਣ ਕੇ ਜਿਹੜੀ ਹੈ ਨਾ ਉਹ ਸੱਟ ਮਾਰਨਗੇ ਤੁਹਾਨੂੰ ਟੈਲੀਫੋਨ ਵੀ ਉਹੋ ਜਿਹਾ ਕਰਨਗੇ ਉਹੋ ਜਿਹੀਆਂ ਹਰਕਤਾਂ ਕਰਨਗੇ ਬੜੀਆਂ ਘਿਣਾਉਣੀਆਂ ਹਰਕਤਾਂ ਜਿਹੜੇ ਕਿ ਜਿਹੜੇ ਰਿਸ਼ਤੇ ਨਾਤੇ ਵੀ ਹੈਗੇ ਗੁਰੂ ਜੀ ਇੱਦਾਂ ਟੁੱਟਦੇ ਫੇ ਕਿਉਂਕਿ ਤੁਹਾਨੂੰ ਤੁਸੀਂ ਤਾਂ ਪਹਿਲਾਂ ਦੁਖੀ ਹੁੰਦੇ ਕਾਫੀ ਯਾਨੀ ਕਿ ਜਦੋਂ ਤੁਹਾਨੂੰ ਪਤਾ ਹੈਗਾ ਲੈ ਵੀ ਉਹਦੇ ਬਾਰੇ ਮੈਂ ਬੇਵਸ ਹਾਂ ਉਹ ਤੁਹਾਡੀ ਬੇਵਸੀ ਦਾ ਮਜ਼ਾਕ ਜਦੋਂ ਉਡਾਉਂਦੇ ਹੈ ਨਾ ਅਤੇ ਫਿਰ ਤੁਹਾਡੇ ਮਨ ਨੂੰ ਬਹੁਤ ਦੁੱਖ ਹੁੰਦਾ ਅਤੇ ਫਿਰ ਤੁਸੀਂ ਕਹਿੰਦੇ ਆ ਵੀ ਇਹੋ ਜਿਹਾ ਰਿਸ਼ਤੇ ਖਣੋ ਚਾਹੇ ਉਹ ਭੈਣ ਦਾ ਰਿਸ਼ਤਾ ਹੈਗਾ ਚਾਹੇ ਭਰਾ ਦਾ ਹੈਗਾ ਚਾਹੇ ਇਹਨੇ ਕਿਸੇ ਹੋਰ ਕਲੋਜ਼ ਰਿਸ਼ਤਾ ਹੈਗਾ ਤੁਸੀਂ ਕਹਿੰਦੇ ਇਹੋ ਜਿਹਾ ਰਿਸ਼ਤੇ ਖਣੋ ਕੀ ਥੋੜ੍ਹਾ ਜਿਹਾ ਮੈਂ ਤੋਂ ਲੈਣਾ ਕਿ ਤੂੰ ਆਪਣੇ ਘਰ ਆ ਜੀ ਅਤੇ ਮੈਂ ਆਪਣੇ ਘਰ ਆ ਜੀ ਅਤੇ
ਫਿਰ ਉਹਨੂੰ ਕਿਉਂਕਿ ਉਹ ਉਸੇ ਮਾਹੌਲ ਦਾ ਪਤਾ ਹੁੰਦਾ, ਉਹ ਫਿਰ ਜਾ ਕੇ ਕੋਈ ਬਾਬੇ ਸਾਹਿਬ ਦੇ ਚੁੰਗਲੇ 'ਚ ਫਸ ਜਾਂਦੇ, ਅਤੇ ਉਹ ਬਾਬੇ ਸਾਹਿਬ ਇੰਨੇ ਨਿਰਦਈ ਹੈਗੇ ਆ, ਇੰਨੇ ਯਾਨੀ ਕਿ ਬੁੱਚੜ ਕਿਸਮ ਦੇ ਲੋਕ ਹੈਗੇ ਆ, ਜਿਵੇਂ ਯਾਨੀ ਕਿ ਇਹ ਲਫ਼ਜ਼ ਯੂਜ਼ ਕਰਾਂ, ਕਿਉਂਕਿ ਉਹਨਾਂ ਕੋਲ ਕੋਈ ਇਲਮ ਤਾਂ ਹੈ ਨਹੀਂ, ਨਾ ਇਹਦੇ ਵਿੱਚ ਕੋਈ ਤਰਕ ਹੈ, ਨਾ ਇਹਦੇ ਵਿੱਚ ਕੋਈ ਸਾਇੰਸ ਹੈਗੀ ਆ। ਉਹਨਾਂ ਨੇ ਆਪਣਾ ਯਾਨੀ ਕਿ ਜਿੱਦਾਂ ਹੈ ਨਾ ਉਹ ਤੁੱਕਾ ਲਾਉਣਾ ਹੁੰਦਾ ਹੈਗਾ, ਉਹ ਤੁੱਕਾ ਲਾ ਕੇ ਅਤੇ ਲੋਕਾਂ ਦੀ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਫਾਈਨੈਂਸ਼ਲੀ ਉਹਨਾਂ ਦਾ ਝੁੱਗਾ ਚੌੜ ਕਰਦੇ ਆ, ਉਹਨਾਂ ਨੂੰ ਫਾਈਨੈਂਸ਼ਲੀ ਜਿਹੜਾ ਹੈਗਾ ਖਾਲੀ ਕਰਦੇ ਆ, ਅਤੇ ਉਹਨਾਂ ਨੂੰ ਹੋਰ ਵਹਿਮਾਂ ਭਰਮਾਂ 'ਚ ਪਾਉਂਦੇ ਹੈ, ਤੁਸੀਂ ਜੀ ਉਹ ਫਰਾਨਾ ਟੂਣਾ ਕਰੋ ਜੀ, ਧਮਕਾਨਾ ਟੂਣਾ ਕਰੋ। ਇਹ ਟੂਣੇ ਤੋਂ ਮੈਨੂੰ ਗਾਲ ਜ਼ਿਆਦਾ ਆਏਗੀ, ਕਿਉਂਕਿ ਮੈਂ ਸਵੇਰ ਨੂੰ ਸੈਰ ਕਰਨ ਜਾਂਦਾ ਉੱਥੇ ਆਪਣੇ ਹੈਰਜ਼ ਪਾਰਕ 'ਤੇ ਜਾਣਾ ਹੁੰਦਾ ਮੈਂ, ਅਤੇ ਉਹ ਸਾਡੇ ਪਰਸੋਂ ਦੀ ਗੱਲ ਜੀ ਇਹ, ਉੱਥੇ ਕਿਸੇ ਨੇ ਚੁਰਾਹੇ ਜਿਹੇ ਵਿੱਚ ਉੱਥੇ ਚੌਲ ਸੁੱਟੇ, ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹ ਜਿਹੜੀ ਕੋਈ ਕਹਿਣ ਲੱਗੇ ਵੀ ਬਚ ਕੇ ਵੀ ਲੰਘਣਾ, ਵੀ ਇੱਥੇ ਇਹ ਤਾਂ ਬੰਦੇ ਮਰ ਜਾਂਦੇ ਹੈ, ਇਹਨਾਂ ਦਾ ਟੂਣੇ ਤੋਂ ਬਚੇ ਹੋ ਲਿਆ ਵੀ ਇਹ ਕਿਸੇ ਨੇ ਟੂਣਾ ਕੀਤਾ ਆ। ਮੈਂ ਜੀ ਉੱਥੇ ਟੂਣੇ ਦੇ ਉੱਪਰ ਉੱਥੇ ਮੈਂ ਖੜ ਗਿਆ, ਅਤੇ ਉਹ ਮੈਂ ਰਗੜੇ ਰੁਗੜੇ ਵਿੱਚ ਚੌਲ ਮੈਂ ਹੱਥ ਵੀ ਫੜ ਲਿਆ, ਫਿਰ ਮੈਂ ਕਿਹਾ ਦੱਸੋ ਲਿਆ ਵੀ ਹੁਣ ਇਹਨਾਂ ਚੌਲਾਂ ਦਾ ਕੀ ਕਰਨ ਲਿਆ, ਵੀ ਟੂਣੇ ਦੱਸੋ ਕਿਹਨੂੰ, ਮੈਂ ਜੇਬ 'ਚ ਪਾਲ ਮੈਂ ਇਹਨਾਂ ਨੂੰ ਜੇ ਵੀ ਕੀ ਕਰਾਂ ਲਿਆ ਵੀ ਕੀ ਕਰਨਾ ਇਹਦਾ ਟੂਣੇ ਦੱਸੋ, ਨਹੀਂ ਦੇਖੀ ਤੈਨੂੰ ਕੁਛ ਹੋਣਾ। ਮੈਂ ਕਿਹਾ ਮੈਂ ਹੁਣ ਵੀ ਇੱਥੇ, ਇਦੋਂ ਬਾਅਦ ਵੀ ਇੱਥੇ ਗੇੜਾ ਮਾਰਨਾ ਆਪਣਾ, ਉਦੋਂ ਬਾਅਦ ਘੰਟਾ ਬਾਅਦ ਤੁਹਾਡੇ ਨਾਲ ਤੁਰਨਾ, ਮੈਂ ਫਿਰ ਵੀ ਆਉਣਾ ਵੀਰੇ, ਹੁਣ ਮੈਨੂੰ 5 ਦਿਨ ਹੋ ਗਿਆ ਵੀ ਮੈਨੂੰ ਤਾਂ ਟੂਣੇ ਨੇ ਕੁਛ ਕੀਤਾ ਨਹੀਂ। ਮੇਰਾ ਮਤਲਬ ਕਹਿਣ ਦਾ ਉਹ, ਕਿਉਂਕਿ ਸਾਡੇ ਮਨ ਦਾ ਵਹਿਮ ਹੈ, ਬਿਲਕੁਲ ਉਹ ਸਾਡੇ ਮਨ ਦਾ ਵਹਿਮ ਹੈ, ਉਹ ਯਾਨੀ ਕਿ ਜਿਹੜਾ ਲੋਕ ਜਦੋਂ ਤੁਹਾਡਾ ਮਨੋਬਲ ਥੱਲੇ ਡਿੱਗਿਆ ਹੋਵੇ ਹਨਾ, ਤੁਸੀਂ ਕੁਛ ਵੀ ਕਰਨ ਨੂੰ ਤਿਆਰ ਹੋਏ ਨੇ ਆ, ਵੀ ਸ਼ਾਇਦ ਵੀ ਜਿਹੜਾ ਉਹ ਮੇਰਾ ਮਿੱਤਰ ਪਿਆਰਾ ਹੈਗਾ, ਮੇਰਾ ਬੱਚਾ ਹੈ, ਮੇਰੀ ਬੱਚੀ ਹੈ, ਜਾਂ ਮੇਰਾ ਭਰਾ ਹੈਗਾ ਆ, ਜਾਂ ਮੇਰਾ ਕੋਈ ਹੋਰ ਯਾਨੀ ਕਿ ਜਾਂ ਮਾਈ ਬਾਪ ਹੈ, ਜਾਂ ਕੋਈ ਤਾਇਆ ਚਾਚਾ ਤੁਹਾਡਾ ਹੈਗਾ, ਸ਼ਾਇਦ ਉਹ ਵਾਪਸ ਕਰੇ ਇੱਦਾਂ ਹੀ ਆ।